ਜਾਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਟਰੈਕਟਰ ਪ੍ਰੇਡ ਚਾਹੇ ਨੂੰ ਰੋਸ ਮਾਰਚ ਕਹ ਲੋ ਟਰੈਕਟਰ ਰੈਲੀ ਕਹ ਲੋ ਕਿਸਾਨ ਪ੍ਰੇਡ ਕਹ ਲੋ ਜੋ ਸ਼ਬਦ ਤੁਹਾਨੂੰ ਠੀਕ ਲੱਗਦੇ ਆ ਉਹ ਤੁਸੀਂ ਕਹਿ ਸਕਦੇ ਹੋ 26 ਜਨਵਰੀ ਗਨਰਾਜ ਦਿਹਾੜੇ ਮੌਕੇ ਟਰੈਕਟਰ ਪ੍ਰੇਡ ਨਿਕਲੇਗੀ ਤਾਂ ਇਤਿਹਾਸ ਵਿੱਚ ਦਰਜ ਹੋਵੇਗੀ ਕਿਸਾਨ ਵਾਰ-ਵਾਰੀ ਗੱਲ ਕਰ ਰਿਹਾ ਹੈ ਇਤਿਹਾਸ ਵਿੱਚ ਇਹ ਵੀ ਲਿਖਿਆ ਜਾਵੇਗਾ ਕਿ ਇਸ ਅੰਦੋਲਨ ਦੇ ਵਿੱਚ ਕਿੰਨੀਆਂ ਜਾਨਾਂ ਖੀਆਂ ਕਿੰਨੀਆਂ ਸ਼ਹਾਦਤਾਂ ਹੋਈਆਂ ਇਤਿਹਾਸ ਵਿੱਚ ਇਹ ਵੀ ਲਿਖਿਆ ਜਾਵੇਗਾ ਕਿ ਦਿੱਲੀ ਦੇ ਵਿੱਚ ਹੁਣ ਤੱਕ ਇਹ ਅੰਦੋਲਨ ਸ਼ਾਂਤਮਈ ਕੀਵੇਂ ਚੱਲਿਆ ਇਤਿਹਾਸ ਵਿੱਚ ਇਹ ਵੀ ਲਿਖਿਆ ਜਾਵੇਗਾ ਕਿ ਦੁਨੀਆ ਇਸ ਅੰਦੋਲਨ ਬਾਰੇ ਗੱਲਬਾਤ ਕਿਉਂ ਕਰਦੀ ਰਹੀ ਇਤਿਹਾਸ ਵਿੱਚ ਇਹ ਵੀ ਲਿਖਿਆ ਜਾਵੇਗਾ ਕਿ ਕਿਹੜੀ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੀਆਂ ਮੰਗਾਂ ਸੌਦਾਂ ਦੇ ਰੂਪ ਵਿੱਚ ਮੰਨਣ ਨੂੰ ਤਿਆਰ ਰਹੀ ਤੇ ਹੁਣ ਤੱਕ ਨਿਤਾਰਾ ਨਹੀਂ ਹੋਇਆ ਇਤਿਹਾਸ ਵਿੱਚ ਇਹ ਲਿਖਿਆ ਜਾਵੇਗਾ ਟਰੈਕਟਰਾਂ ਵਾਲੀ ਸਪੈਸ਼ਲ ਛੱਬੀ ਦਿੱਲੀ ਤੋਂ ਕੀ ਦੇਖੇਗੀ ਦੁਨੀਆ ਸਦਾ ਬਿਆਨ ਸੁਣਨ ਦੀ ਜਰੂਰਤ ਨਹੀਂ ਕਿਸੇ ਦੀਆਂ ਗੱਲਾਂ ਸੁਣਨ ਦੀ ਜਰੂਰਤ ਨਹੀਂ ਸਿੱਧਾ ਸਵਾਲ ਤੇ ਚੱਲਦੇ ਆਂ ਤੇ ਚਰਚਾ ਸ਼ੁਰੂ ਕਰਾਂਗੇ ਰਾਜਪਥ ਤੇ ਜਵਾਨ ਅਤੇ ਟਰੈਕਟਰ ਤੇ ਕਿਸਾਨ ਦੇਸ਼ ਦੇ ਗਨਰਾਜ ਦਾ ਕੀ ਹੈ ਪਲਾਨ ਗਨਰਾਜ ਜਹਾੜਾ ਨਹੀਂ ਕਹਿ ਰਿਹਾ ਮੈਂ ਗਨਰਾਜ ਦਾ ਕੀ ਹੈ ਪਲਾਨ ਇਹ ਸਵਾਲ ਨੂੰ ਧਿਆਨ ਨਾਲ ਸਮਝਿਓ ਇਸ ਸਵਾਲ ਤੇ ਚਰਚਾ ਕਰਾਂਗੇ ਮਹਿਮਾਨ ਸਾਡਾ ਮੌਜੂਦ ਹੈ ਕਿ ਉਹਨਾਂ ਦਾ ਤਾਅਰੁਫ ਕਰਾ ਰਿਹਾ ਡਾਕਟਰ ਪਹਿਲਾ ਗਰ ਐਕਟਿਵ ਦੇ ਤੌਰ ਤੇ ਵਿਚਰਦੇ ਨੇ ਡਾਕਟਰ ਪਹਿਲਾ ਗਰਗ ਪੰਜਾਬ ਬਚਾਓ ਕਾਫਲਾ ਦੇ ਨਾਲ ਜੁੜੇ ਹੋਏ ਪਿੰਡ ਬਚਾਓ ਪੰਜਾਬ ਬਚਾਓ ਮਹਿੰਮ ਨਾਲ ਜੁੜੇ ਹੋਏ ਹੈ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਇਸ ਮਹਿੰਮ ਨੂੰ ਪਹਿਲਾਂ ਤੋਂ ਹੀ ਵਡ ਲਿਆ ਸੀ ਕਿ ਖੇਤੀ ਕਾਨੂੰਨ ਤਾਂ ਬਾਅਦ ਵਿੱਚ ਆਉਂਦੇ ਆ ਇਹ ਪਹਿਲਾਂ ਹੀ ਫੈਡਰਲ ਸਟਰਕਚਰ ਦਾ ਜ਼ਿਕਰ ਕਰਦੇ ਰਹੇ ਸੀਗੇ ਜਦੋਂ ਇਹ ਗ੍ਰਾਮ ਸਭਾਵਾਂ ਦਾ ਜ਼ਿਕਰ ਕਰਦੇ ਸੀਗੇ ਤੇ ਹੁਣ ਖੇਤੀ ਕਾਨੂੰਨ ਆਉਣ ਤੋਂ ਬਾਅਦ ਜਿਨ੍ਹਾਂ ਨੂੰ ਪਹਿਲਾਂ ਸਮਝ ਇਹਨਾਂ ਕਾਨੂੰਨਾਂ ਦੀ ਪਈ ਉਹਨਾਂ ਵਿੱਚ ਡਾਟਾ ਗਰਗ ਦਾ ਨਾਮ ਵੀ ਲਿਖਿਆ ਜਾਵੇਗਾ ਆ ਸਾਬਕਾ ਰਜਿਸਟਰਾਰ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਤੇ ਡਾਟਾ ਪਹਿਲਾ ਗਰਕਰ ਸਰ ਬਹੁਤ ਸਵਾਗਤ ਹੈ ਸਰ ਜੀ ਬਹੁਤ ਸ਼ਸ਼ੀ ਕਾਂਤ ਜੀ ਸਾਬਕਾ ਡੀਜੀਪੀ ਜ਼ਿਲ੍ਹਾ ਪੰਜਾਬ ਪਰ ਇਹਨਾਂ ਦਾ ਜਿਹੜਾ ਤਿਆਰਬਾ ਰਿਆ ਉਹ ਪੰਜਾਬ ਤੋਂ ਬਾਹਰ ਹੀ ਥੇ आईबी ਦੇ ਵਿੱਚ ਰਹੇ ਆ ਰੋਅ ਦੇ ਵਿੱਚ ਰਹੇ ਆ ਤੇ ਪ੍ਰਧਾਨ ਮੰਤਰੀ ਆਫਿਸ ਦੇ ਵਿੱਚ ਇਹ ਸਿਕਿਉਰਿਟੀ ਬੰਦੋਬਸਤ ਦੇ ਨਾਲ ਜੁੜੇ ਰਹੇ ਆ ਇਸ ਤੋਂ ਇਲਾਵਾ ਹੋਰ ਬੜੀਆਂ ਜਿਹੜੀਆਂ ਪਛਿਤਗੀਆਂ ਹੈਗੀਆਂ ਸੁਰੱਖਿਆ ਨਾਲ ਜੁੜੀਆਂ ਹੋਈਆਂ ਉਹਨਾਂ ਤੇ ਇਹਨਾਂ ਨੇ ਚੰਗੀ ਮੁਹਾਰਤ ਹਾਸਲ ਹੈ ਇਸ ਕਰਕੇ ਸ਼ਸ਼ੀ ਕਾਂਤ ਜਰੋਂ ਸੱਧਿਆ ਦਿੱਲੀ ਵਿੱਚ ਵੀ ਰਹਿਣ ਦਾ ਨਾ ਤਿਆਰਪਾ ਹੈ ਕਿ ਤੇ ਇਸ ਕਰਕੇ ਇਹਨਾਂ ਤੋਂ ਸਵਾਲ ਜਵਾਬ ਲਵਾਂਗੇ ਸਖਤ ਸੁਰੱਖਿਆ ਦਾ ਮਤਲਬ ਹੁੰਦਾ ਕੀ ਹੈ ਸ਼ਸ਼ੀ ਕਾਂਤ ਜੀ ਬਹੁਤ ਸਵਾਗਤ ਹੈ ਸਰ ਤੁਹਾਡਾ ਸਭ ਤੋਂ ਪਹਿਲਾ ਸਵਾਲ ਸ਼ਸ਼ੀ ਕਾਂਤ ਜੀ ਤੁਹਾਨੂੰ ਕਰਨਾ ਚਾਹੁੰਗਾ ਸ਼ਸ਼ੀ ਕਾਂਤ ਜੀ ਇਹ ਸਖਤ ਸੁਰੱਖਿਆ ਬੰਦੋਬਸਤ ਦਾ ਇੱਕ ਤਾਂ ਮਤਲਬ ਕੀ ਹੁੰਦਾ ਮੇਰੇ ਕੋਲੇ ਸਾਰੀ ਡਿਟੇਲ ਹੈਗੀ ਆ ਕਿੰਨੇ ਵਲੰਟੀਅਰ ਉੱਥੇ ਤਾਇਨਾਤ ਕੀਤੇ ਜਾਣਗੇ ਕਿੰਨੇ ਸੈਵਲ ਵਰਦੀ ਵਿੱਚ ਹੋਣਗੇ ਕਿਹੜੇ ਕਿਸਾਨ ਜੱਥੇਬੰਦੀਆਂ ਰਹਿਣਗੇ ਕਿਹੜੇ ਆ ਜਿਹੜੇ ਉੱਥੇ ਹਥਿਆਰ ਚੈੱਕ ਕਰਨਗੇ ਮੈਟਰ ਡਾਇਰੈਕਟਰ ਨਾਲ ਚੀਜ਼ਾਂ ਚੈੱਕ ਕੀਤੀਆਂ ਜਾਣਗੀਆਂ ਕਿਹੜੇ ਆ ਜਿਹੜੇ ਉੱਥੇ ਆਈ ਕਾਰਡ ਚੈੱਕ ਕਰ ਸਕਦੇ ਆ ਇਹ ਸਾਰੀਆਂ ਚੀਜ਼ਾਂ ਰੂਟ ਪਲਾਨ ਜਿਹੜਾ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ ਸਾਰਾ ਕੁਝ ਤੁਹਾਨੂੰ ਪਤਾ ਵੀ ਆ ਸਰ ਸ਼ਸ਼ੀ ਗਾਂਧ ਜੀ ਇੱਕ ਜਿਹੜਾ ਸਖਤ ਸੁਰੱਖਿਆ ਬੰਦੋਬਸਤ ਕਹੀ ਜਾਂਦੇ ਆ ਇੱਕ ਨਾਲ ਇਹ ਕਿਹਾ ਜਾਂਦਾ ਕਿ ਪਾਕਿਸਤਾਨ ਸਾਜ਼ਿਸ਼ ਰਾਜ ਸਕਦਾ ਸਰ ਦੋ ਚੀਜ਼ਾਂ ਦਾ ਮਤਲਬ ਸਮਝਾ ਦੋ ਸਰ ਸ਼ਸ਼ੀ ਕਾਂਜ ਜੀ ਦੇਖੋ ਜਿਹੜਾ ਹੈਗਾ ਸੁਰੱਖਿਆ ਪ੍ਰਬੰਧ ਹੈਗੇ ਨੇ ਇਹ ਦੇਸ਼ ਦੇ ਕੋਈ ਦੋ ਰਾਏ ਨਹੀਂ ਹੈਗੇ ਇੰਪੋਰਟੈਂਟ ਹੈਗੇ ਨੇ ਜਦੋਂ ਵੀ ਕੋਈ ਪ੍ਰੋਸੀਸ਼ਨ ਨਿਕਲਦਾ ਹੈਗਾ ਕੋਈ ਜਲੂਸ ਨਿਕਲਦਾ ਹੈਗਾ ਨਗਰ ਕੀਰਤਨ ਨਿਕਲਦਾ ਹੈਗਾ ਕੋਈ ਪ੍ਰਾਰਥਨਾ ਸਭਾ ਨਿਕਲਦੀ ਹੈ ਕੁਝ ਵੀ ਹੁੰਦਾ ਹੈਗਾ ਜਿਹੜੇ ਸਮਾਜ ਦੇ ਵਿੱਚ ਜਿਹੜੇ ਕੀ ਸ਼ਾਤਰ ਅਨਸਰ ਹੈਗੇ ਨੇ ਜਿਹੜੇ ਬਦਮਾਸ਼ੀ ਕਰਦੇ ਹੈਗੇ ਐਨਟੀ ਸੋਸ਼ਲ 엘ਿਮੈਂਟਸ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਜਾਏ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਹੁੰਦੇ ਨੇ ਤੇ ਨਿੱਕੀ ਜੀ ਰੋੜੀ ਵੀ ਸੜਦੇ ਨੇ ਤੇ ਉਹਦਾ ਵੜਾ ਪੈਮ ਕਰੀਸ਼ੂ ਹੁੰਦਾ ਹੈਗਾ ਇਸ ਕਰਕੇ ਪੁਲਿਸ ਨੂੰ ਪੂਰੀ ਹੀ ਮਸਤੀਆਦੀ ਦੇ ਨਾਲ 베이스ਡ ਔਨ ਇੰਟੈਲੀਜੈਂਸ ਰਿਪੋਰਟ ਅਦੇ ਇੰਟੈਲੀਜੈਂਸ ਰਿਪੋਰਟਸ ਦੇ ਅਲਾਵਾ ਉਹਨਾਂ ਦੇ ਆਪਣੇ ਜਹਨ ਦੇ ਜਿਹੜੀ ਗੱਲਾਂ ਆਂਦੀਆਂ ਹੈਗੀਆਂ ਨੇ ਕਿ ਕੀ ਕੁਝ ਹੋ ਸਕਦਾ ਜਦੋਂ ਅਸੀਂ ਸਿਕਿਉਰਿਟੀ ਅਰੇਂਜਮੈਂਟਸ ਬੇਗਦੇ ਹੈਗੇ ਆ ਅਸੀਂ ਇੱਕ ਬੜਾ ਹੀ ਸਾਰਿਆਂ ਤੋਂ ਜ਼ਿਆਦਾ ਪੋਸਿਬਲੀ 네ਗੇਟਿਵ ਵਿਊ ਲੈਂਦੇ ਹੈਗੇ ਆ ਕਿ ਜੇ ਮੜੇ ਤੇ ਮੜਾ ਕੀ ਹੋ ਸਕਦਾ ਉਹਨੂੰ ਨਜ਼ਰ 'ਚ ਰੱਖਦੇ ਹੋਏ ਅਸੀਂ ਅਰੇਂਜਮੈਂਟ ਕਰਦੇ ਹੈਗੇ ਆ ਦੂਜੀ ਗਲਤੀ ਉਸਦੀ ਕੀਤੀ ਪਾਕਿਸਤਾਨ ਦੀ ਪਾਕਿਸਤਾਨ ਦੀ ਗੱਲ ਜਿੱਥੇ ਤਾਂ ਮੈਂ ਸਮਝਣਾ ਹੈ ਗੈਂਸ ਕਿ ਇੱਕ ਸਾਡਾ ਇੱਕ ਉਹ ਬਣ ਗਿਆ ਹੈਗਾ ਹੈ ਕਿ ਨਿੱਕੀ ਜਿਹੀ ਗਲ ਹੋਏ ਪਾਕਿਸਤਾਨ ਜਾਂ ਪਾਕਿਸਤਾਨ ਲਗਾਤਾਰ ਸਾਡੇ ਮੁਲਕ ਦੇ ਵਿੱਚ ਸਮੱਸਿਆ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਜਦੋਂ 26 ਜਨਵਰੀ ਹੁੰਦੀ ਹੈਗੀ ਅਸਾਂ ਕੋਈ ਵੱਡੇ ਓਕੇਜਨਸ ਹੁੰਦੇ ਨੇ ਰਾਸ਼ਟਰੀ ਪर्व ਹੁੰਦੇ ਹੈਗੇ ਨੇ ਉਹਦੇ ਚ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਗੜਬੜ ਹੋ ਜਾਏ ਕਿਉਂਕਿ ਤਾਂ ਕਿ ਤਾਂ ਕਿ ਉਹਨਾਂ ਨੂੰ ਇੰਟਰਨੈਸ਼ਨਲ ਸੁਰੱਖਿਆ ਮਿਲਦੀ ਰਹੇ ਪਰ ਹਰ ਗੱਲ ਦੇ ਉੱਤੇ ਪਾਕਿਸਤਾਨ ਦਾ ਹੱਥ ਵੇਖਣਾ ਮੈਂ ਸਮਝਦਾ ਇਹ ਵੀ ਕੁਝ ਬਹੁਤ ਜ਼ਿਆਦਾ ਹੀ ਜੜੀ ਹੈਗੀ ਇਹ ਗੱਲ ਹੋ ਜਾਂਦੀ ਹੈਗੀ ਜਿੱਤੇ ਵਿੱਚ ਮੈਂ ਯਕੀਨ ਨਹੀਂ ਕਰਨਾ ਹੈਗਾ ਤੁਸੀਂ ਯਕੀਨ ਨਹੀਂ ਕਰਦੇ ਸ਼ਸ਼ੀ ਕਾਂਤ ਜੀ ਪਰ ਜਦੋਂ ਕਿਹਾ ਜਾਵੇ ਕਿ 308 ਟਵਿੱਟਰ ਹੈਂਡਲ ਜਿਹੜੇ ਉੱਥੋਂ ਆਪਰੇਟ ਕੀਤੇ ਜਾ ਰਹੇ ਸੀਗੇ ਜਿਹੜੇ ਪੁਲਿਸ ਪੁਲਿਸ ਅਫੀਸ਼ੀਅਲਸ ਨੇ ਇਹ ਗੱਲ ਕਹੀ ਹੈ ਮੇਰਾ ਸਵਾਲ ਹੈ ਸਰ ਟਵਿੱਟਰ ਹੈਂਡਲ ਕਿਹੋ ਜੀ ਸਾਜ਼ਿਸ਼ ਰਚ ਸਕਦੇ ਆ ਟਵਿੱਟਰ ਹੈਂਡਲ ਜ਼ਰੀਏ ਸਰ ਟਰੈਕਟਰਾਂ ਵਿੱਚ ਤੇਲ ਪਾਇਆ ਜਾ ਸਕਦਾ ਟਰੈਕਟਰਾਂ ਨੂੰ ਚਲਾਇਆ ਜਾ ਸਕਦਾ ਜਾਂ ਕਿਸੇ ਨੂੰ ਉਤਾਰਿਆ ਜਾ ਸਕਦਾ ਟਵਿੱਟਰ ਹੈਂਡਲ ਜ਼ਰੀਏ ਸਰ ਮੈਂ ਇਹ ਸਮਝਣਾ ਚਾਹ ਰਿਹਾ ਤੁਹਾਡਾ ਸ਼ਸ਼ੀ ਕਾਂ ਟਵਿੱਟਰ ਹੈਂਡਲ ਦੇ ਉੱਤੇ ਸ ਇੱਕ ਗੱਲ ਜਿਹੜੀ ਹੁੰਦੀ ਹੈ ਕਿ ਮੈਂ ਕਹਿਣਾ ਚਾਹਾਂਗਾ ਇੱਕ ਐਗਜ਼ਾਮਪਲ ਦੇਣਾ ਚਾਹਨਾ ਹੈ ਗੈਂ ਟਵਿੱਟਰ ਹੈਂਡਲ ਵਕ ਵਕ ਜਿਹੜੇ ਕੀ ਚਾਹ ਪੋਲਿਟੀਕਲ ਪਾਰਟੀਆਂ ਹੈਗੀਆਂ ਨੇ ਰਾਜਨੀਤਿਕ ਪਾਰਟੀਆਂ ਹੈਗੀਆਂ ਨੇ ਇੰਡੀਵਿਜੂਅਲਸ ਹੈਗੀਆਂ ਨੇ ਤਾਂ ਅਸੀਂ ਵਿਦਿਆ ਹੋਣਾ ਹੈਗਾ ਕਿ ਪਹਿਲੇ ਵਿਕ ਦੇ ਸੰ ਕੀ 50000 ਵਾਲੇ ਜੋ ਫੋਲੋਅਰਸ 1 ਲੱਖ ਵਾਲੇ ਟਿਓ ਫੋਲੋਅਰਸ ਵਗੈਰਾ ਇਹ ਸਾਰਾ ਗੱਲ ਚੱਲਦੀ ਸੀ ਬੇਸਿਕਲੀ ਟਵਿੱਟਰ ਤੇ ਕਾਫੀ ਹੱਦ ਤੱਕ ਡਿਸ ਇਨਫੋਰਮੇਸ਼ਨ ਕੈਂਪੇਨ ਚੱਲਦਾ ਹੈਗਾ ਔਰ ਉਹਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਉਠਾਈ ਜਾਂਦੀ ਹੈਗੀਆਂ ਨੇ ਕਿ ਜਿਹੜੀ ਕਿ ਇੱਕ ਆਮ ਇਨਸਾਨ ਤੁਹਾਡੇ ਵਰਗਾ ਮੇਰੇ ਵਰਗਾ ਗਰਗਸਾਵੜਾ ਸਮਝਦਾਰ ਤੋਂ ਸਮਝਦਾਰ ਇਨਸਾਨ ਵੀ ਪ੍ਰੋਵੋਕ ਹੋ ਜਾਏ ਟਵਿੱਟਰ ਜਿਹੜਾ ਹੈਗਾ ਫੇਸਬੁੱਕ ਜਿਹੜੀ ਹੈਗੀ ਇਹਦਾ ਮਿਸਟ੍ਰੀਫਾਈਜ਼ੇਸ਼ਨ ਬਹੁਤ ਹੋ ਰਿਹਾ ਹੈਗਾ ਪਰ ਅਗੇਨ ਜਿਹੜਾ ਟਵਿੱਟਰ ਤੇ ਹੈਂਡਲ ਟੂ ਹੈਂਡਲਰਸ ਹੈਗੇ ਜਿਹੜਾ ਕੋਈ ਅਕਾਊਂਟ ਹੈਗਾ ਜ਼ਿਆਦਾਤਰ ਬੰਦੇ ਜਿਹੜੇ ਹੈਗੇ ਦੇ ਆਰ 올 ਸੇਮ ਐਜੂਕੇਟਿਡ ਕਲਾਸ ਹੈਗੀ ਦੇ ਨੋ ਕਿ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਹੈਗਾ ਪ੍ਰੋਪਗੈਂਡਾ ਜਿਹੜਾ ਹੈਗਾ ਵਕ ਵਕ ਆਰਗੇਨਾਈਜੇਸ਼ਨ ਦਾ ਪੋਲਿਟਿਕਲ ਪਾਰਟੀਆਂ ਦਾ ਵਗੈਰਾ ਵਗੈਰਾ ਟਵਿੱਟਰ ਤੇ ਚੱਲਦਾ ਰਹਿੰਦਾ ਹੈਗਾ ਯੈਸ ਬੀ ਕੇਅਰਫੁਲ ਪਰ ਇਹ ਗੱਲ ਨਹੀਂ ਹੈਗੀ ਕਿ ਟਵਿੱਟਰ ਜਿਹੜਾ ਹੈਗਾ ਸਮਾਜ ਦੇ ਵਿੱਚ ਕੋਈ ਰੈਵੋਲੂਸ਼ਨ ਲਾ ਸਕਦਾ ਹੈ ਨੋ ਸ਼ਸ਼ੀਕਾਂ ਜੀ ਸ਼ਸ਼ੀਕਾਂ ਜੀ ਇਹ ਦਿੱਲੀ ਪੁਲਿਸ ਸਰ ਕਹਿ ਰਹੀ ਹੈ ਦਿੱਲੀ ਪੁਲਿਸ ਕਹਿ ਰਹੀ ਹੈ ਸਰ ਉਹ ਕਹਿ ਰਹੀ ਹੈ ਉਹਦੇ ਕੋਲ ਕੋਈ ਤੱਥ ਹੈ ਸਰ ਤਾਂ ਹੀ ਕਹਿ ਰਹੀ ਹੈ ਨਾ ਦਿੱਲੀ ਪੁਲਿਸ ਦੇਖੋ ਜੀ ਕੋਈ ਨਾ ਕੋਈ ਉਹਨਾਂ ਦੇ ਕੋਲ ਸੱਤ ਹੋਏਗਾ ਮੈਂ ਮੰਨਦਾ ਹੈਗਾ ਪਰ ਮੈਂ ਕੱਲ ਤੇ ਹੋਰ ਵੀ ਕਹਿਣਾ ਹੈਗਾ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਦੱਸ ਚੁੱਕੇ ਹੈਗਾ ਕਿ ਮੇਰੀ ਇੰਟੈਲੀਜੈਂਸ ਦੀ ਬੈਕਗ੍ਰਾਉਂਡ ਹੈਗੀ ਹੈ ਕਈ ਵਾਰੀ ਸਾਡੇ ਜਿਹੜੇ ਆਪਣੇ ਆਪਰੇਟਿਵਸ ਹੈਗੇ ਨੇ ਸਾਡੇ ਜਿਹੜੇ ਅਫਸਰ ਹੈਗੇ ਨੇ ਜਿਹੜਾ ਨੂੰ ਅਸੀਂ ਫੀਲਡ ਅਫੀਸਰਸ ਕਹਿੰਦੇ ਜਿਹਨਾਂ ਦਾ ਕੰਮ ਹੁੰਦਾ ਹੈਗਾ ਕੀ ਇਨਫੋਰਮੇਸ਼ਨ ਕਲੈਕਟ ਕਰੋ ਕਈ ਵਾਰੀ ਉਹਨਾਂ ਦੀ ਇਨਫੋਰਮੇਸ਼ਨ ਹੁੰਦੀ ਹੈਗੀ ਜਿਹਨੂੰ ਅਸੀਂ ਕਹਿੰਦੇ ਟੇਬਲ ਰਿਪੋਰਟਸ ਕੀ ਸਾਡੇ ਸੀਨੀਅਰ ਅਫਸਰਾਂ ਨੂੰ ਇਹ ਰਿਪੋਰਟ ਚਾਹੀਦੀ ਹੈਗੀ ਇਹ ਇਸ ਦਾ ਇਨਫੋਰਮੇਸ਼ਨ ਚਾਹੀਦੀ ਹੈਗੀ ਤੁਸੀਂ ਇਹਨੂੰ ਟੇਬਲ ਰਿਪੋਰਟ ਮੰਨਦੇ ਹੋ ਸਸ਼ੀ ਗਾਂਝੀ ਸਸ਼ੀ ਗਾਂਝੀ ਤੁਸੀਂ ਇਹਨੂੰ ਟੇਬਲ ਰਿਪੋਰਟ ਮੰਨਦੇ ਹੋ ਇਹ ਮੈਨੂੰ ਪਤਾ ਨਹੀਂ ਪਰ ਇਹ ਸਦਾ ਹੁੰਦਾ ਹੈ ਮੈਂ ਆਪਣੇ ਐਕਸਪੀਰੀਅੰਸ ਦੱਸ ਰਿਹਾ ਹੈਗਾ ਕਈ ਵਾਰ ਮੈਂ ਫਰਨੇਸ਼ਨ ਕੇਸ 'ਚ ਟੇਬਲ ਰਿਪੋਰਟਸ ਆਂਦੀਆਂ ਨੇ ਔਰ ਜੋ ਟੇਬਲ ਰਿਪੋਰਟਸ ਹੈਗਾ ਇਹ ਕੋਈ ਅਜੂਬੀ ਗੱਲ ਨਹੀਂ ਹੈਗੀ ਤੁਸੀਂ ਕੋਈ ਬਣਾਈਆਂ ਸੀ ਸਰ ਟੇਬਲ ਰਿਪੋਰਟ ਤੁਸੀਂ ਤੁਸੀਂ ਸਰ ਬਣਾਈਆਂ ਸੀ ਕਦੇ ਟੇਬਲ ਰਿਪੋਰਟਸ ਮੈਂ ਬਣਾਈਆਂ ਨਹੀਂ ਪਕੜੀਆਂ ਜ਼ਰੂਰ ਹੈਗੀਆਂ ਨੇ ਹਾਂ ਕਿ ਜਿਹੜੀ ਹੈਗੀ ਇਹ ਪੇਡੇ ਟੇਬਲ ਰਿਪੋਰਟ ਹੈਗੀ ਹੈ ਇਟ ਇਸ ਨੋਟ ਟੂ ਬੀ ਬਲੀਵਡ ਉਸ ਦਾ ਚ ਕੋਰੋਬੋਰੇਸ਼ਨ ਹੋਣਾ ਚਾਹੀਦਾ ਹੈ ਇਹ ਟੇਬਲ ਰਿਪੋਰਟ ਆ ਗਈ ਹੈ ਕੋਈ ਵੀ ਰਿਪੋਰਟ ਹੈ ਕਿ ਜਦੋਂ ਕੋਰੋਬੋਰੇਟ ਨਹੀਂ ਹੁੰਦੀ ਹੈਗੀਏ ਵੀ ਡੋਨਟ ਬਲੀਵ ਥੈਟ ਠੀਕ ਹੈ ਗਰਮ ਸਾਹਿਬ ਸਾਡੇ ਵੀ ਇੱਕ ਟੇਬਲ ਸਟੋਰੀ ਵੀ ਹੁੰਦੀ ਹੈ ਸਰ ਸਾਡੇ ਵੀ ਟੇਬਲ ਸਟੋਰੀ ਇੱਕ ਤਿਆਰ ਕਰਕੇ ਅੱਗੇ ਰੱਖ ਦਿੱਤੀ ਜਾਂਦੀ ਹੈ ਕਿ ਖਾਲਿਸਤਾਨ ਦੀ ਸਾਜ਼ਿਸ਼ ਹੈ ਜੀ ਐਸਐਫਜੀ ਦਾ ਨਾਮ ਲੈ ਕੇ ਹੂਆ ਖੜਾ ਕੀਤਾ ਜਾਂਦਾ ਡਾਟ ਗਰਗ ਸਖਤ ਸੁਰੱਖਿਆ ਬੰਦਬਸ ਹੋਣੇ ਚਾਹੀਦੇ ਸਰ ਸਕਿਉਰਿਟੀ ਸਾਰਿਆਂ ਦੇ ਲਈ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਡਾਟ ਗਰਗ ਪਰ ਇਸ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਣਾ ਸਰ ਉਹ ਕਿੱਥੋਂ ਹੱਦ ਤੱਕ ਜਾਇਜ਼ ਹੈ ਡਰਾਇਆ ਜਾ ਰਿਹਾ ਕਿ ਤੁਸੀਂ ਟਰੈਕਟਰ ਵਾਲੀ ਵਿੱਚ ਨਾ ਪਹੁੰਚੋ ਪਰੇਡ ਵਿੱਚ ਨਾ ਸ਼ਾਮਲ ਹੋ ਡਾਟ ਗਰਗ ਜਾਂ ਇਹ ਦੱਸਿਆ ਜਾ ਰਿਹਾ ਕਿ ਗਨਰਾਜ ਦਿਹਾੜੇ ਮੌਕੇ ਟਰੈਕਟਰ ਵਾਲੀ ਕੱਢਣੀ ਨਹੀਂ ਚਾਹੀਦੀ ਮੈਨੂੰ ਕੇਪੀਜੀ ਪਹਿਲਾਂ ਤਾਂ ਮੈਂ ਇਹ ਕਹਾਂਗਾ ਜਿਹੜਾ ਇਹ ਟੇਬਲ ਰਿਪੋਰਟ ਦਿਓ ਸਾਡੇ ਵੀ ਹੁੰਦੀ ਨੇ ਹਰਤ ਵਿੱਚ ਵੀ ਵੇ ਉਦਾਂ ਕਹਤੋਂ ਮਲੇਰੀਆ ਦਾ ਕੇਸ ਆਹੀ ਨਹੀਂ ਕੋਈ ਫਲਾਣਾ ਹੈ ਨਹੀਂ ਜਾਂ ਹੈਗਾ ਟੇਬਲ ਤੇ ਬੈਠ ਕੇ ਵੀ ਬਹੁਤ ਚਾਉਂਦੇ ਨੇ ਕਿ ਨਾ ਹੋਵੇ ਜਿਵੇਂ ਸ਼ਸ਼ੀ ਕਾਂ ਦੀ ਜਿਵੇਂ ਤੁਸੀਂ ਦੱਸਿਆ ਵੀ ਬਣਾ ਦੋ ਬੈਠ ਕੇ ਦਿਖਣਾ ਹੀ ਹੈ ਨਾ ਥੱਲੇ ਗਰਾਊਂਡ 'ਚ ਜੋ ਮਰਜ਼ੀ ਹੋਵੇ ਅਸਲ 'ਚ ਗੱਲ ਇਹ ਹੈ ਵੀ ਇਹ ਜਿਹੜਾ ਕਿਹਾ ਜਾ ਰਿਹਾ ਇੱਕ ਦਿਨ ਪਹਿਨਾ ਇੰਨੇ ਜੋਰ ਨਾਲ ਪਹਿਨੀ ਜੇ ਅਸੀਂ ਇਸ ਨੂੰ ਪੂਰੇ ਨੂੰ ਦੇਖੀਏ आज ਤੱਕ ਇੱਕ ਵੀ ਬੰਦਾ ਬਾਹਰ ਲਾ ਨਹੀਂ ਫੜਿਆ ਗਿਆ ਜਿੰਨੇ ਉਹਨਾਂ ਦੇ ਵਲੰਟੀਅਰਸ ਨੇ ਫੜੇ ਨੇ ਕਿਸਾਨ ਯੂਨੀਅਨਾਂ ਦੇ ਵਲੰਟੀਅਰਾਂ ਨੇ ਕਿਸਾਨ ਜਥੇਬੰਦੀਆਂ ਦੇ ਵਲੰਟੀਅਰਾਂ ਨੇ ਉਹ ਸਾਰੇ ਦੇ ਸਾਰੇ ਜਾਂ ਤਾਂ ਦਿੱਲੀ ਪੁਲਿਸ ਨੇ ਮੰਨਿਆ ਕਿ ਸਾਡੇ ਫਰਾਨੇ ਅਫਸਰ ਨੇ ਭੇਜੇ ਸੀ ਫਰਾਨੇ ਨੇ ਭੇਜੀ ਸੀ ਜਾਂ ਉਹਨਾਂ ਨੇ ਕਹਤਾ ਇਹ ਝੂਠ ਹੈ ਦੀ ਫਰਾਨਾ ਹੈ। ਕੋਈ ਬਾਹਰ ਲਾ ਨਹੀਂ ਫੜਿਆ ਗਿਆ ਐਨੇ ਚਿਰ ਚ ਇੱਕ ਤਾਂ ਇਸ ਤੋਂ ਜੇ ਉਹਨਾਂ ਨੇ ਕੋਈ ਗੜਬੜ ਕਰਨੀ ਹੁੰਦੀ ਤਾਂ ਇਹ ਅੰਦੋਲਨ ਨੂੰ ਬੜਾ ਵਿਸਫੋਟਕ ਬਣਾਉਣ ਦੀ ਪਹਿਲਾਂ ਤੋਂ ਸ਼ੁਰੂ ਹੋਣੀ ਸੀ ਦੂਜੀ ਗੱਲ ਦੂਜੀ ਗੱਲ ਇਹ ਕਹਿ ਕੇ ਕੀ ਇੱਕ ਤਾਂ ਤੁਸੀਂ ਆਉਣਾ ਪਤਾ ਨਹੀਂ ਕੀ ਹੋ ਜੇ ਕੱਲਾ ਇਹੀ ਨਹੀਂ ਵੀ ਇਹ ਆਉਣਾ ਪਤਾ ਨਹੀਂ ਕੀ ਹੋ ਜੇ ਡਰ ਪਾਉਣਾ ਦੂਜਾ ਈਵਨ ਰੂਟ ਬਦਲਣ ਵਾਸਤੇ ਇਹਨੂੰ ਇੱਕ ਤਰੀਕਾ ਬਦਲਣਾ ਵੀ ਦੇਖੋ ਸਾਡੇ ਕੋਲ ਇੰਨੀਆਂ ਰਿਪੋਰਟਾਂ ਨੇ ਇਹ ਜਿਹੜੀ ਆਊਟਰ ਰਿੰਗ ਰੋਡ ਆ ਬੜੀ ਨੈਰੋ ਆ ਪੁਰਾਣਾ ਆ ਜਿਸ ਤਰ੍ਹਾਂ ਦਾ ਇਹਦੇ ਵਾਸਤੇ ਹੁੰਦਾ ਇੱਕ ਹੋਰ ਵੱਡਾ ਇਹਦੇ ਵਿੱਚ ਮੈਨੂੰ ਲੱਗਦਾ ਹੈ ਉਹਦੇ 'ਚ ਇਹ ਹੈ ਵੀ ਜਿਹੜੇ ਬੰਦੇ ਨੇ ਆਪ ਕਈ ਵਾਰ ਸ਼ਰਾਰਤ ਕਰਨੀ ਹੋਵੇ ਆਪ ਜੋ ਕੁਝ ਕਰਨਾ ਹੋਵੇ ਉਹ ਰੌਲਾ ਪਾਉਣ ਲੱਗ ਜਾਂਦਾ ਵੀ ਐਂ ਹੋ ਜਾਣਾ ਐਂ ਹੋ ਜਾਣਾ ਉਹ ਵੀ ਕੋਈ ਕਿਤੇ ਇਹ ਦੇ ਵਿੱਚ ਕੋਈ ਰੂਲ ਆਊਟ ਨਹੀਂ ਕਰਿਆ ਜਾ ਸਕਦਾ ਖਾਸ ਕਰਕੇ ਆ ਦੋ ਦਿਨਾਂ ਦੇ ਵਿੱਚ ਹੀ ਇੱਕ ਤੋਂ ਗੱਡੀ ਲੱਭੀ ਜਾਣੀ ਉਹਦੇ ਵਿੱਚ ਪੁਲਿਸ ਦੀਆਂ ਵਰਦੀਆਂ ਦਾ ਹੋਣਾ ਇੱਕ ਬੰਦੇ ਦਾ ਫੜਿਆ ਜਾਣਾ ਜਿਹੜਾ ਕਹਿੰਦਾ ਵੀ ਮੈਨੂੰ ਚਾਰ ਡੀਡਰਾਂ ਨੂੰ ਕਤਲ ਕਰਨ ਵਾਸਤੇ ਇਸ ਨਾਲ ਅਸੀਂ 10 ਬੰਦੇ ਆਏ ਆ ਫਿਰ ਉਹਦਾ ਮੁੱਕਰ ਜਾਣਾ ਤੇ ਉਹਦੀ ਜਿਹੜੀ ਸਟੇਟਮੈਂਟ ਹੈ ਉਹਦੀ ਮਾਂ ਦੀ ਸਟੇਟਮੈਂਟ ਨਾਲ ਕਰੈਬੋਰੇਟ ਨਾ ਹੋਣਾ ਫਿਰ ਦੁਬਾਰਾ ਇਹ ਟਿਕਰੀ ਬੋਰਡ ਤੇ ਫੇਰ ਬੰਦਾ ਫੜਿਆ ਜਾਣਾ ਇਹ ਸਾਰਾ ਕੁਝ ਜਿਹੜਾ ਹੈ ਇਹ ਸ਼ੋਅ ਕਰਦਾ ਹੈ ਵੀ ਕਿਤੇ ਨਾ ਕਿਤੇ ਸ਼ਰਾਰਤ ਬਾਜੀ ਦਾ ਬਹੁਤ ਵੱਡਾ ਲੈਵਲ ਚੱਲ ਰਿਹਾ ਹੈ ਠੀਕ ਹੈ ਮੈਂ ਥੋੜਾ ਬ੍ਰੇਕ ਲਾ ਕੇ ਵਾਪਸ ਆਉਂਗਾ ਸਿੰਗੂ ਟਿਕਰੀ ਤੇ ਗਾਜ਼ੀਪੁਰ ਇਥੋਂ ਇਹ ਟਰੈਕਟਰ ਮਾਰਚ ਲੰਘਣੇ ਆ ਟਰੈਕਟਰ ਮਾਰਚ ਸ਼ੁਰੂ ਹੋਣੇ ਆ ਅਲੱਗ-ਅਲੱਗ ਰੂਟ ਮੈਪ ਆ ਤਿਆਰ ਕੀਤਾ ਗਿਆ ਕਿਸੇ ਦਾ 68 ਕਿਲੋਮੀਟਰ ਕਿਸੇ 36 ਕਿਲੋ ਦਾ ਅ 38 ਕਿਲੋਮੀਟਰ ਕਿਹਾ ਜਾ ਰਿਹਾ 100 ਕਿਲੋਮੀਟਰ ਦਾ ਦਾਇਰਾ ਜਿਹੜਾ ਉਹਨੂੰ ਕਵਰ ਕਰਨਾ ਹੈਗਾ ਜੇ ਤੁਸੀਂ ਕਦੇ ਦਿੱਲੀ ਗਏ ਹੋ ਰਾਜਧਾਨੀ ਗਏ ਹੋ ਤਾਂ ਤੁਹਾਨੂੰ ਇਹਨਾਂ ਰੂਟਸ ਦਾ ਵੀ ਪਤਾ ਹੋਣਾ ਚਾਹੀਦਾ ਕਿ ਕਿ ਕਿੱਥੋਂ-ਕਿੱਥੋਂ ਇਹ ਟਰੈਕਟਰ ਮਾਰਚ ਲੰਗੇਗਾ ਪੀੜ ਪਾੜ ਵਾਲੇ ਇਲਾਕੇ ਆ ਪੀੜਾ ਇਲਾਕਾ ਜਿੱਥੇ-ਜਿੱਥੇ ਟਰੈਕਟਰ ਮਾਰਚ ਲ ਦਿੱਲੀ ਵਾਲੇ ਲੋਕ ਵੀ ਦੇਖਣ ਕੇ ਉੱਥੇ ਜਿਹੜੀ ਜਾਣਕਾਰੀ ਸਾਡੇ ਕੋਲੇ ਦਿੱਲੀ ਦੇ ਵਿੱਚ ਮਿਲ ਰਹੀ ਆ ਉਹ ਇਹ ਜਾਣਕਾਰੀ ਮਿਲ ਰਹੀ ਆ ਕਿ ਇਸ ਟਰੈਕਟਰ ਮਾਰਚ ਦਾ ਸਵਾਗਤ ਕਰਨਗੇ ਦਿੱਲੀ ਵਾਲੇ ਵਾਪਸ ਆ ਰਹੇ ਹਨ ਬੇਟਾ ਸਲਾਸੀ ਇਹ ਪੁੱਛ ਰਹੇ ਆ ਰਾਜਪਥ ਤੇ ਜਵਾਨ ਤੇ ਟਰੈਕਟਰ ਤੇ ਕਿਸਾਨ ਦੇਸ਼ ਦੇ ਗਨ ਰਾਜ ਦਾ ਕੀ ਹੈ پلان ਜੈ ਜਵਾਨ ਜੈ ਕਿਸਾਨ ਤੁਸੀਂ ਸੁਣਿਆ ਹੋਗਾ ਤੇ ਉਹਦੇ ਬਾਅਦ ਜੈ ਵਿਗਿਆਨ ਵੀ ਨਾਲ ਜੋੜਾ ਗਿਆ ਹੋਰ ਵੀ ਜੈ ਜੁੜੀਆਂ ਜਾਣਗੀਆਂ ਪਰ ਜੈ ਹੋ ਅਸਲ ਵਿੱਚ ਕਦੋਂ ਹੋਏਗਾ ਡਟ ਗਰਗ ਸਰ ਇੱਕ ਇੱਕ ਸਵਾਲ ਇਹ ਵੀ ਆ ਕਿ ਜਿਹੜੇ ਉੱਥੇ ਅੰਦੋਲਨਕਾਰੀ ਬੈਠੇ ਹੋਏ ਆ ਉਹਨਾਂ ਨੂੰ ਲਗਾਤਾਰ ਇਹ ਕਿਹਾ ਜਾ ਰਿਹਾ ਸੀਗਾ ਕਿ ਇਹ ਸਪੋਰਟਿਵ ਹੈ ਪਾਕਿਸਤਾਨ ਦੇ ਚਾਇਨਾ ਦੇ ਖਾਲਿਸਤਾਨ ਹੋਰ ਇਹ ਉਹ ਸਾਰੇ ਨਾਮ ਜੋੜੇ ਗਏ ਸੀ ਡਟ ਕਰਕੇ ਡਟ ਕਰਕੇ ਹੁਣ ਜਿਹੜੇ ਟਰੈਕਟਰ ਮਾਰਚ ਕੱਢ ਰਹੇ ਆ ਇਹ ਵਾਕਈ ਕਿਸਾਨ ਕੱਢ ਰਹੇ ਆ ਪੁਲਿਸ ਤੇ ਸਰਕਾਰ ਸਾਰੇ ਮੰਨ ਕੇ ਚੱਲ ਰਹੀ ਹੈ ਕਿ ਕਿਸਾਨ ਮਾਰਚ ਕੱਢ ਰਹੇ ਆ ਜਾਂ ਹਜੇ ਵੀ ਉਹ ਸਰ ਲੈਵਲ ਹੀ ਲੌਨ ਤੇ ਲੱਗੇ ਹੋਏ ਆ ਦੇਖੋ ਸਰਕਾਰ ਨੂੰ ਪਹਿਲਾਂ ਵੀ ਪਤਾ ਸੀ ਵੀ ਇਹ ਕਿਸਾਨ ਨੇ ਉਹਨੂੰ ਹੁਣ ਵੀ ਪਤਾ ਹੈ ਕਿਸਾਨ ਨੇ ਪਰ ਉਹ ਪੋਲਿਟিক্যাল ਐਲੀਗੇਸ਼ਨ ਪਹਿਲਾਂ ਲਾਉਂਦੀ ਸੀ ਅਜੇ ਵੀ ਉਹਨਾਂ ਦੇ ਜਿਹੜੇ ਭਗਤ ਨੇ ਉਹ ਅਜੇ ਵੀ ਕਹਿੰਦੇ ਨੇ ਕੱਲ ਇੱਕ ਲੜਕੀ ਵੀ ਕਿਸਾਨ ਥੋੜੋ ਨੇਚੇ ਬੈਠੇ ਤਾਂ ਹੋਰੀ ਏਜੰਟ ਆਏ ਹੋਏ ਨੇ ਬਹੁਤ سارے ਲੋਕ ਇਹ ਕਹਿੰਦੇ ਨੇ ਪਰ ਸਰਕਾਰ ਨੂੰ ਪਹਿਲਾਂ ਵੀ ਪਤਾ ਸੀ ਹੁਣ ਵੀ ਪਤਾ ਹੈ ਤੇ ਇਹ ਵੀ ਪਤਾ ਵੀ ਕਿਸਾਨ ਹੀ ਮਾਰਚ ਕਰ ਰਹੇ ਨੇ ਇਹ ਸਭ ਕੁਝ ਸਰਕਾਰ ਨੂੰ ਕੋਈ ਐ ਨਹੀਂ ਆ ਵੀ ਸਰਕਾਰ ਕੋਈ ਅੰਨੀ ਬੁਢੀ ਇਸ ਮਾਮਲੇ ਚੋਂ ਨੂੰ ਪਤਾ ਵੀ ਇਹ ਨਹੀਂ ਪਰ ਉਹ ਕਹਿੰਦੇ ਵੀ ਇਹ ਹੋਣ ਦੇ ਬਾਵਜੂਦ ਜਾਣ ਬੁੱਝ ਕੇ ਉਹ ਇਹ ਐਲੀਗੇਸ਼ਨ ਲਾਉਂਦੇ ਨੇ ਕਿ ਉਹਦੇ ਵਿੱਚ ਇਹ ਗੜਬੜ ਕਰਾਉਣ ਦੀ ਵੀ ਕੋਸ਼ਿਸ਼ ਕਰਦੇ ਨੇ ਪੋਲਿਟਿਕਲ ਵੀ ਤੇ ਐਡਮਿਨਿਸਟ੍ਰੇਟਿਵਲੀ ਵੀ ਮਿਸਯੂਜ਼ ਕਰਕੇ ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ ਮੈਂ ਕੱਲ ਪਰਸੋਂ ਮੈਂ ਇੱਕ ਦੇਖ ਰਿਹਾ ਸੀ ਦੁਦਿਆਨੇ ਦੇ ਵਿੱਚ ਅੰਬਾਨੀ ਦੇ ਹੱਕ ਚ ਇੱਕ ਬੋਰਡ ਬਣਾ ਕੇ ਕਿ ਅਸੀਂ ਅੰਬਾਨੀ ਦਾ ਸਵਾਗਤ ਕਰਦੇ ਹਾਂ ਸ਼ਿਵਸ਼ੰਨਾ ਦਾ ਇੱਕ ਬੰਦਾ ਜਿਹੜਾ ਪਹਿਲਾਂ ਕਿਸੇ ਦਿਨ 2020 ਦੇ ਉੱਤੇ ਉਹੀ ਚੋਗਾ ਪਾ ਕੇ ਉਹੀ ਬੰਦਾ ਮੈਂ ਪਛਾਣ ਸਕਦਾ ਉਹ ਰੇਲਵੇ ਸਟੇਸ਼ਨ ਤੇ ਖੜਾ ਸੀ ਕਿ 2020 ਵਾਲੇ ਇੱਥੇ ਆ ਕੇ ਸਾਡੇ ਰੇਲਵੇ ਸਟੇਸ਼ਨ ਬੰਦ ਕਰ ਰਹੇ ਨੇ ਉਹ ਪੰਜ ਸੱਤ ਬੰਦਿਆਂ ਨੂੰ ਲੈ ਕੇ ਉੱਥੇ ਉਹੀ ਧੂਆਂ ਧਾਰ ਜੋ ਪ੍ਰਚਾਰ ਕਰ ਰ ਉਹ ਤੋਂ ਇਹ ਪਤਾ ਲੱਗਦਾ ਉਹ ਜਿੰਨਾ ਉਹ ਅਗਰੈਸਿਵ ਹੋ ਕੇ ਕਰ ਰਿਹਾ ਸੀ ਜਿੰਨਾ ਉਹ ਪ੍ਰੋਵੋਕੇਟਿਵ ਕਰ ਰਿਹਾ ਸੀ ਉਹਦੇ ਵਿੱਚੋਂ ਇਹ ਪਤਾ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹਨਾਂ ਦੇ ਉਹ ਆਨਸਰ ਨੇ ਜਿਹੜਾ ਇਹਨਾਂ ਨੇ ਆਖਿਆ ਨਾ ਸਾਡੇ ਕੋਲ 36 ਕਰੋੜ ਬੰਦਾ ਹੈ ਉਹ ਭਾਵੇਂ ਕੁਝ ਵੀ ਨਾ ਕਰੇ ਪਰ ਸ਼ਰਾਰਤੀ ਆਨਸਰਾਂ ਦੇ ਰਹੀ ਜਿਹੜੀ ਸ਼ਰਾਰਤ ਕਰਉਣੀ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕਿ ਇਹ ਬਾਰ-ਬਾਰ ਇਹ ਜਿਹੜਾ ਕਹਿ ਰਹੇ ਨੇ ਉਹ ਤਾਂ ਕਿ ਉੱਥੇ ਦੋਸ਼ ਲੱਗੇ ਜੇ ਇੱਕ ਮੈਂ ਤੁਹਾਨੂੰ ਨਿੱਜੀ ਹੋਰ ਐਗਜ਼ਾਮਪਲ ਦੇ ਦੇਣਾ ਛੋਟੀ ਇੱਕ ਲਾਈਨ ਦੀ ਇੱਕ ਵਾਰੀ 78 ਦੀ ਗੱਲ ਹੈ ਇੱਕ ਪੋਲੀਟੀਕਲ ਪਾਰਟੀ ਦਾ ਬੜਾ ਵੱਡਾ ਜਰੂਰ ਸਨਿਕਲ ਰਿਹਾ ਸੀ ਮੈਂ ਪਰਚੰਤ ਉੱਥੇ ਗਿਆ ਹੋਇਆ ਸੀ ਮੈਂ ਵੀ ਉਹ ਜਰੂਰ ਸ਼ਾਮਲ ਹੋ ਗਿਆ ਕਿ ਉੱਥੇ ਇੱਕ ਭੀੜੀ ਜੀ ਗਲੀ ਵਿੱਚੋਂ ਦੀ ਜਾ ਰਿਹਾ ਸੀ ਉਹ ਜਰੂਰਸ ਬ੍ਰਿੰਡੇ ਦੇ ਵਿੱਚ ਤੇ ਉੱਥੇ ਇੱਕ ਬੰਦਾ ਉਹ ਸੱਪ ਆ ਗਿਆ ਸੱਪ ਆ ਗਿਆ ਸੱਪ ਆ ਗਿਆ ਉਹਨੂੰ ਬੰਦੇ ਨੂੰ ਗਰਦਨ ਤੋਂ ਫੜ ਲਿਆ ਇੱਕ ਬੜਾ ਮਸ਼ਹੂਰ ਹੋਣ ਅਜਕਲ ਉਹ ਡਾਕਟਰ ਨਾਭ ਸਿੰਘ ਹੀਵਾ ਉਹ ਮੇਰੇ ਨਾਲ ਸੀਗਾ ਉੱਥੇ ਉਹ ਜਦ ਕਹੇ ਵੀ ਦਿਖਾ ਕਿੱਥੇ ਸੱਪ ਕਹਿੰਦਾ ਮੈਂ ਤਾਂ ਐਵੇਂ ਗੱਪ ਮਾਰਦਾ ਸੀ ਕਿਉਂਕਿ ਉਹਦਾ ਮਤਲਬ ਸੀ ਵੀ ਇੱਥੇ ਭਗਦੜ ਮੱਚੂਗੀ ਭੀੜੀ ਥਾਂ ਐ ਕਿ 100000 ਲੋਕ ਜਾ ਰਹੇ ਸੀ ਵਿੱਚ ਭਗਦਲ ਮਤਜੂ ਦੋ ਚਾਰ ਬੰਦੇ ਮਰ ਜਾਣਗੇ ਸੋ ਇਹੋ ਜੀ ਇਹ ਸ਼ਰਾਰਤੀ ਅਨਸਰ ਜਿਹੜੇ ਹੁੰਦੇ ਨੇ ਉਹ ਜਾਣ ਬੁੱਝ ਕੇ ਛੱਡੇ ਹੁੰਦੇ ਇਹ ਆ ਜਿਹੜੀ ਤੇ ਸ਼ੇਰ ਵਾਲੀ ਕਹਾਣੀ ਤੁਸੀਂ ਮੈਨੂੰ ਦੱਸ ਰਹੇ ਹੋ ਮੈਨੂੰ ਲੱਗਦਾ ਵੀ ਉਹ ਜਿਹੀ ਚੀਜ਼ਾਂ ਵੀ ਕੀਤੀਆਂ ਜਾ ਸਕਦੀਆਂ ਹਾਂ ਹਾਂ ਠੀਕ ਠੀਕ ਹੈ ਸ਼ਸ਼ੀकांत ਜੀ ਇੱਕ ਤੁਸੀਂ ਸਾਰੇ ਪਲਾਨ ਤਿਆਰ ਕਰਦ ਰਹੇ ਹੋ ਸਰ ਤੁਹਾਨੂੰ ਪਤਾ ਇੰਟੈਲੀਜੈਂਸ ਕੀ ਹੁੰਦੀ ਹੈ ਸ਼ਸ਼ੀकांत ਜੀ ਮੈਂ ਇੱਕ ਬੜਾ ਸਧਾਰਨ ਜਿਹਾ ਸਵਾਲ ਹੈ ਆਮ ਲੋਕਾਂ ਦੇ ਮਨਾਂ ਵਿੱਚ ਵੀ ਹੋਊਗਾ ਸਰ 1 ਕਿਲੋਮੀਟਰ ਦੇ ਵਿੱਚ ਕਿੰਨੇ ਟਰੈਕਟਰ ਖੜੇ ਕੀਤੇ ਜਾ ਸਕਦੇ ਆ ਜਦੋਂ 100 ਕਿਲੋਮੀਟਰ ਦਾ ਇਹ ਰੂਟ ਪਲਾਨ ਹੋਊਗਾ ਸਰ ਉਹਦੇ ਵਿੱਚ ਕਿੰਨੇ ਟਰੈਕਟਰ ਇੱਕ ਟਾਈਮ ਦੇ ਵਿੱਚ ਆ ਸਕਦੇ ਆ ਉਹਨਾਂ ਨੂੰ ਘੁੰਮਣ ਦੇ ਲਈ ਸਰਕਲ ਕਰਨ ਦੇ ਲਈ ਸਰ ਕਿੰਨਾ ਵਕਤ ਲੱਗੇਗਾ ਕਿਉਂਕਿ 24 ਘੰਟੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਕਿਹਾ ਗਿਆ ਉਸ ਤੋਂ ਬਾਅਦ ਇਨਫੋਰਮੇਸ਼ਨ ਆਈ 48 ਘੰਟੇ ਫਿਰ ਉਸ ਤੋਂ ਬਾਅਦ ਇੱਕ ਹੋਰ ਇਨਫੋਰਮੇਸ਼ਨ ਆ ਰਹੀ ਆ 72 ਘੰਟੇ ਵੀ ਹੋ ਸਕਦੇ ਆ ਇਸ ਤੋਂ ਇਨਫੋਰਮੇਸ਼ਨ ਹੋਰ ਵੀ ਵੱਡੀ ਹੋ ਸਕਦੀ ਆ ਸ਼ਸ਼ੀ ਕਾਂਜ ਜੀ ਮੈਨੂੰ ਨਹੀਂ ਪਤਾਗਾ ਕਿਉਂਕਿ ਖੁਦ ਕਿਸਾਨ ਜਥੇਬੰਦੀਆਂ ਨੂੰ ਜਾਂ ਪੁਲਿਸ ਨੂੰ ਉੱਥੇ ਅੰਦਾਜ਼ਾ ਨਹੀਂ ਹੈਗਾ ਕਿ ਕਿੰਨੇ ਟਰੈਕਟਰ ਉੱਥੇ ਆਉਣਗੇ ਪਰ ਇਸ ਦੇ ਨਾਲ ਸਾਰ ਐਨਓ ਐਨਓਸੀ ਵਾਲਾ ਵੀ ਸਵਾਲ ਹੈ ਸ਼ਸ਼ੀ ਕਾਂਜ ਜੀ ਐਨਓਸੀ ਕਿੰਨੇ ਟਰੈਕਟਰਾਂ ਦੀ ਮਿਲੀ ਆ ਕਿਹੜੀਆਂ ਸ਼ਰਤਾਂ ਤੇ ਰੱਖੀਆਂ ਗਈਆਂ ਸ਼ਸ਼ੀ ਕਾਂਜ ਜੀ ਬੋਲੋ ਸਰ ਆ ਫ੍ਰੈਂਕਲੀ ਇਸ ਦੇ ਵਿੱਚ ਕਿੰਨੇ ਟਰੈਕਟਰ ਆ ਸਕਦੇ ਹੈਗੇ ਨੇ ਉਸ ਦਾਇਰੇ ਦੇ ਵਿੱਚ ਮੈਂ ਨਹੀਂ ਕਹਿ ਸਕਦਾ ਮਨੂੰ ਇਹਦਾ ਕੋਈ ਆਈਡੀਆ ਨਹੀਂ ਹੈਗਾ ਤੁਸੀਂ ਜਿਹੜੀ ਐਨਓਸੀ ਦੀ ਗੱਲ ਕੀਤੀ ਹੈਗੀ ਉਹਦਾ ਹੀ ਮੈਨੂੰ ਆਈਡੀਆ ਨਹੀਂ ਹੈ ਜੇ ਤੁਸੀਂ ਦੱਸ ਦਿਓ ਤੇ ਐਨਾਈ ਐਨਓਸੀ ਦੇ ਵਿੱਚ ਜਿਹੜੀ ਖਾਮੀਆਂ ਹੈਗੀਆਂ ਉਹਨਾਂ ਦੇ ਬਾਰੇ ਮੈਂ ਦੱਸ ਸਕਦਾ ਕਿਉਂਕਿ ਐਨਓਸੀ ਜਿਹੜਾ ਦਿੱਲੀ ਪੁਲਿਸ ਨੇ ਦਿੱਤਾ ਹੈਗਾ ਉਹਨੂੰ ਮੈਂ ਨਹੀਂ ਪੜਿਆ ਹੈਗਾ ਸਰ ਐਨਓਸੀ ਵਿੱਚ ਬਹੁਤ ਸ਼ਰਤਾਂ ਰੱਖੀ ਜਾਂਦੀਆਂ ਤੁਹਾਨੂੰ ਪਤਾ ਹੀ ਐਨਓਸੀ ਵਿੱਚ ਸ਼ਰਤਾਂ ਰੱਖੀ ਜਾਂਦੀਆਂ ਟਰੈਕਟਰਾਂ ਦੀ ਗਿਣਤੀ ਕਿੰਨੀ ਹੋਊਗੀ ਸਰ ਟਰੈਕਟਰਾਂ ਤੇ ਕਿੰਨੇ ਲੋਕ ਅੰਦਰ ਆ ਸਕਦੇ ਆ ਇਸ ਤੋਂ ਇਲਾਵਾ ਇੱਕ ਲੇਨ ਆ ਜਿਹੜੀ ਵੱਖਰੀ মিডিਆ ਵਾਸਤੇ ਉਹਨਾਂ ਦੀ ਨਿਗਰਾਨੀ ਕਰਨਾ ਉਸ ਤੇ ਵੱਖਰੀ ਹੋਊਗੀ ਸਰ ਵਲੰਟੀਅਰ ਉਹਨਾਂ ਦੇ ਵੱਖਰੇ ਤਰੀਕੇ ਨਾਲ ਤਾਇਨਾਤ ਹੋਣਗੇ ਸ਼ਸ਼ੀ ਗਾਂਝੀ ਕਿ ਜਿਹੜੀ ਐਨਓਸੀ ਦਿੱਤੀ ਜਾਂਦੀ ਹੈ ਐਨਓਸੀ ਵਿੱਚ ਬਹੁਤ ਸ਼ਰਤਾਂ ਹੁੰਦੀਆਂ ਸ਼ਸ਼ੀ ਗਾਂਧੀ ਉਹ ਤੁਹਾਨੂੰ ਮੈਨੂੰ ਦੱਸਣ ਜ਼ਰੂਰਤ ਨਹੀਂ ਹੈਗੀ ਸਰ ਸਰ ਸਵਾਲ ਇਹ ਹੈ ਸ਼ਸ਼ੀ ਗਾਂਧੀ ਉਹ ਐਨਓਸੀ ਨੂੰ ਸਰ ਪੂਰਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਨਾਲ ਉੱਥੇ ਟਰੈਕਟਰ ਪਹੁੰਚਾ ਹੋਇਆ ਇਸ ਤਰੀਕੇ ਦੇ ਜਿਹੜੇ ਐਨਓਸੀ ਬੰਦੇ ਹੈਗੇ ਜਿਹੜੀ ਕਿ ਤੁਸੀਂ ਗੱਲ ਦੱਸ ਰਹੇ ਹੈਗੇ ਉਹ ਇਹਨਾਂ ਨੂੰ ਪੂਰਾ ਹਰਫ ਵਹਰ ਪੂਰਾ ਕਰਨਾ ਨਾ ਮੁਮਕਿਨ ਹੈਗਾ ਤੇ ਫਿਰ ਕੀ ਹੋਊਗਾ ਜੀ ਕੇਸਰ ਚ ਜਾਣਗੇ ਇਹਦਾ ਮਤਲਬ ਇਹ ਹੈ ਕਿ ਕੋਈ ਜਿਸ ਗੱਲ ਖ ਸਾਹਿਬ ਨੇ ਵੀ ਕਿਹਾ ਕਿ ਬੇਸਿਕਲੀ ਉਹਨਾਂ ਦੇ ਵੱਲੋਂ ਇਹ ਜੱਬਦਾ ਹੈਗਾ ਕਿ ਪ੍ਰੀਕੌਸ਼ਨਸ ਲਈਤੀ ਜਾ ਰਹੀਆਂ ਹੈਗੀਆਂ ਨੇ ਆਪਣੇ ਉਹਨਾਂ ਦੇ ਹੱਕ ਦੇ ਵਿੱਚ ਤਾਂ ਕਿ ਜੇ ਕੱਲ ਕੋਈ ਗਲ ਰੱਬ ਨਾ ਕਰੇ ਹੋ ਜਾਂਦੀ ਹੈਗੀਏ ਤਾਂ ਉਹਦਾ ਦੋਸ਼ ਉਹਨਾਂ ਦੇ ਉੱਤੇ ਨਾ ਹੋਵੇ ਬਲਕਿ ਕਿਸਾਨਾਂ ਤੇ ਹੁੰਦਾ ਹੈ ਸ਼ਸ਼ੀ ਕਾਂਜੀ ਮੇਰਾ ਮੇਰਾ ਸਵਾਲ ਇਸੇ ਕਰਕੇ ਸੀ ਸੈਲਫ ਡਿਫੈਂਸ ਬਾਏ ਦ ਡੈਲੀ ਪੁਲਿਸ ਸਮਝ ਗਿਆ ਸਰ ਸ਼ਸ਼ੀ ਕਾਂਜੀ ਮੇਰਾ ਸਵਾਲ ਇਸੇ ਕਰਕੇ ਸੀਗਾ ਉਹ ਸਵਾਲ ਕਰ ਰਿਹਾ ਕਿਸਾਨ ਜਿੱਥੇ ਬੰਦੀਆਂ ਮਾਰਚ ਕੱਢਣ ਤਾਂ ਤਿਆਰ ਬੈਠੀਆਂ ਸਰ ਪਰ ਸੁਰੱਖਿਆ ਦੇ ਮਾਮਲੇ ਵਿੱਚ ਕਹਿੰਦੇ ਜੇ ਕੋਈ ਉੱਥੇ ਕੁਝ ਹੋ ਗਿਆ ਤਾਂ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਉਹ ਲੀਡਰ ਇਹ ਸਵਾਲ ਖੜਾ ਕਰਦੇ ਆ ਕਿ ਮਾਰਚ ਤੁਸੀਂ ਕੱਢੋ ਸੁਰੱਖਿਆ ਜਿੰਮੇ ਆ ਸਾਡੀ ਕਿਵੇਂ ਸ਼ਸ਼ੀ ਕਾਂਜ ਸੁਰੱਖਿਆ ਦੀ ਜ਼ਿੰਮੇਵਾਰੀ ਤਾਂ ਹਮੇਸ਼ਾ ਜੁੜੀ ਸਿਕਿਉਰਿਟੀ ਏਜੰਸੀਜ਼ ਹੈਗੇ ਨੇ ਉਹਨਾਂ ਦੀ ਹੁੰਦੀ ਹੈਗੇ ਨੇ ਜਿਹੜਾ ਪ੍ਰੋਸੈਸ਼ਨ ਕਰਦੇ ਹੈਗੇ ਨੇ ਜਿਹੜਾ ਮਾਰਚ ਕਰਦੇ ਹੈਗੇ ਨੇ ਨੇਚੁਰਲੀ ਆਪਣੇ ਵੱਲੋਂ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਤੇ ਹੋਣੀ ਚਾਹੀਦੀ ਹੈਗੀ ਹੈ ਕਿ ਪੀਸ ਉਹ ਅਮਨ ਰਹੇ ਪਰ ਜਿਸ ਤਰ੍ਹਾਂ ਗੁਰਗ ਸਾਹਿਬ ਨੇ ਵੀ ਕਿਹਾ ਹੈਗਾ ਐਂਟੀ ਸੋਸ਼ਲ 엘ਿਮੈਂਟਸ ਵੱਲੋਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਔਰ ਐਂਟੀ ਸੋਸ਼ਲ 엘ਿਮੈਂਟਸ ਵੀ ਕਿਉਂ ਹੈਗੇ ਕਈ ਵਾਰੀ ਮੈਂ ਵੇਖਿਆ ਹੈ ਕਿ ਆਪਣੇ ਜਿੰਦਗੀ ਦੇ ਵਿੱਚ ਕਈ ਵਾਰ ਪ੍ਰੋਸੀਸ਼ਨਸ ਵਗੈਰਾ ਨਿਕਲ ਰਹੇ ਹੈਗੇ ਨੇ politcal or whatever it is ਜਿਵੇਂ ਗੁਰੂ ਸਾਹਿਬ ਨੇ ਸੱਪ ਵਾਲੀ ਗੱਲ ਦਸਤੀ ਹੈਗੀਏ ਇਸ ਤਰ੍ਹਾਂ ਦਾ ਹੁੰਦਾ ਹੈਗਾ ਬੇਸਿਕਲੀ ਜਸਟ ਟੂ ਗਿਵ ਅ ਬੈਡ ਨੇਮ ਟੂ ਜਿਹੜੇ ਬੰਦੇ ਪ੍ਰੋਸੀਸ਼ਨ ਕਰ ਰਹੇ ਹੈਗੇ ਨੇ ਉਹਨਾਂ ਨੂੰ ਜਿਹੜਾ ਵੀ ਹੈਗਾ ਇਸ ਇਹਦੀ ਸਿਕਿਉਰਿਟੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ 100% ਦਿੱਲੀ ਪੁਲਿਸ ਅਤੇ ਸਰਕਾਰ ਦੀ ਬਣਦੀ ਹੈਗੀਏ ਇਹਦੇ ਤੇ ਕੋਈ ਇਨਕਾਰ ਨਹੀਂ ਕਰ ਸਕਦਾ ਠੀਕ ਡਟਕਰਗ ਸਰ ਇੱਕ ਯੂਥ ਦੇ ਬਾਰੇ بڑا ਸਵਾਲ ਕੀਤਾ ਜਾਂਦਾ ਯੂਥ ਵੇ ਬੜਾ ਸੁੱਲਝਾ ਹੋਇਆ ਸਰ ਯੂਥ ਨੂੰ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾਂਦਾ ਕਿ ਯੂਥ ਨੂੰ ਕੁਝ ਪਤਾ ਹੀ ਨਹੀਂ ਡਟਕਰਗ ਪਰ ਜਿਸ ਤਰੀਕੇ ਨਾਲ ਸਾਰੇ ਰੂਟ ਮੈਪ ਹੈਗਾ ਉਹਦੇ ਵਿੱਚ ਕਈ ਰਸਤੇ ਇਹੋ ਜਿਹੇ ਹੈਗੇ ਆ ਜਿਹੜੇ ਸਿੱਧਾ ਦਿੱਲੀ ਦੇ ਵਿੱਚ ਅੰਦਰ ਵੱਡੇ ਵੱਡੇ ਇਲਾਕਿਆਂ ਦੇ ਵਿੱਚ ਐਂਟਰੀ ਦਿੰਦੇ ਆ ਡਟਕਰਗ ਤੁਸੀਂ ਦਿੱਲੀ ਨੂੰ ਦੇਖਿਆ ਹੋਊਗਾ ਡਟਕਰਗ ਉੱਥੋਂ ਜਾਣ ਤੋਂ ਯੂਥ ਨੂੰ ਰੋਕਿਆ ਜਾ ਸਕਦਾ ਕਿਉਂਕਿ ਵਾਰ-ਵਾਰ ਕਿਸਾਨ ਜਥੇਬੰਦੀਆਂ ਵੱਲੋਂ ਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਈ ਉਹਦੇ ਵਿੱਚ ਕਿਹਾ ਗਿਆ ਇੱਕ ਲੇਨ ਵਿੱਚ ਚੱਲਣਾ ਜਿੱਥੇ ਰੁਕਣਾ ਪੈਂਦਾ ਰੁਕਣਾ ਹੈ ਕਿਸੇ ਨੇ ਧਰਨਾ ਨਹੀਂ ਕਰਨਾ ਉੱਥੇ ਡਵਾਈਜ਼ਰੀ ਵਿੱਚ ਵੀ ਇਹੀ ਕਿਹਾ ਗਿਆ ਸਰ ਐਨਓਸੀ ਵਿੱਚ ਵੀ ਇਹੀ ਕਿਹਾ ਗਿਆ ਧਰਨਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਮਿਲੂਗੀ ਡਟ ਕਰਕੇ ਯੂਥ ਨੂੰ ਕਿਵੇਂ ਸਰ ਟੈਕਲ ਕੀਤਾ ਜਾਊਗਾ ਦੇਖੋ ਜਿੱਥੋਂ ਚ ਸਵਾਲ ਹੈ ਯੂਥ ਨੂੰ ਯੂਥ ਨੂੰ ਟੈਕਲ ਕਰੇਗੀ ਇਹਦੀ ਗੱਲ ਤਾਂ ਜਿਹੜੀ ਕਿਸਾਨੀ ਦੀ ਯੂਥ ਆ ਉਹ ਬੜੀ ਡਿਸਿਪਲਿਨਡ ਸਾਡੇ ਸਾਹਮਣੇ ਆਈ ਆ ਪਿਛਲੇ 2 ਮਹੀਨਿਆਂ ਦੇ ਵਿੱਚ ਜਦੋਂ ਧਰਨਾ ਚੱਲ ਰਿਹਾ ਹੈ ਕਿ ਉਹ ਸੁਖਾਈਆਂ ਕਾਰਨ ਚ ਕੋਰਚੋ ਡਿਸਿਪਲਿਨ ਨੇ ਜਿਹੜੇ ਉਹਨਾਂ ਨੇ ਬੰਦੇ ਵੀ ਫੜੇ ਨੇ ਕੋਈ ਕੁੱਟਮਾਰ ਨਹੀਂ ਉਹਨਾਂ ਦੇ ਕਰੀ ਕੋਈ ਨੂੰ ਰੋਕਿਆ ਸੀ ਵੀ ਕੁਝ ਨਹੀਂ ਕਰਨਾ ਬਟ ਇਹ ਝਾਨ ਨਾ ਰੱਖਣਾ ਉਹ ਯੂਥ ਜਿਹੜਾ ਕੋਈ ਸ਼ਰਾਰਤੀ ਅੰਤਰ ਹੋਈ ਕੋਈ ਨੂੰ ਫੜੂਗੀ ਪਰ ਮੈਂ ਇਸ ਗੱਲ ਦੇ ਉੱਤੇ ਬੜਾ ਹੀ ਇਹ ਹੈ ਕਿ ਜਿਵੇਂ ਜਦ ਵੀ ਕਿਤੇ ਕੋਈ ਇਕੱਠ ਹੁੰਦਾ ਹੈ ਸਰਕਾਰ ਦੀਆਂ ਦੋ ਤਰ੍ਹਾਂ ਦੀਆਂ ਡਿਊਟੀਆਂ ਦੋ ਮਹਿਕਮਿਆਂ ਦੀ ਵਿਸ਼ੇਸ਼ ਕਰਕੇ ਜ਼ਰੂਰੀ ਹੁੰਦੀਆਂ ਨੇ ਇੱਕ ਖੇਤ ਦੇ ਵਾਸਤੇ ਕੋ ਉਥੇ ਪਾਣੀ ਜਾਂ ਉਸ ਦਾ ਕੋਈ ਐਂਬੂਲੈਂਸ ਦਾ ਪ੍ਰਬੰਧ ਕਰਨੇ ਸਰਕਾਰ ਦੀ ਡਿਊਟੀ ਹੁੰਦੀ ਹੈ ਜਿਹੜਾ ਮਰਜੀ ਕੱਟ ਹੋਵੇ ਪਾਣੀ ਦਾ ਤੇ ਐਂਬੂਲੈਂਸ ਵਗੈਰਾ ਦਾ ਇਸ ਤਰ੍ਹਾਂ ਸਿਕਿਉਰਿਟੀ ਦਾ ਸਿਕਿਉਰਿਟੀ ਦੇ ਵਿੱਚ ਬਣਾ ਕੇ ਲੱਗਣ ਦੇ ਵਿੱਚ ਜੇ ਕੋ ਆਗੂ ਕ ਲੱਗ ਜਾਏ ਕੁਝ ਹੋਰ ਹੋ ਜੇ ਉਹਨੂੰ ਕਿਵੇਂ ਕਰਨਾ ਐਕਸੀਡੈਂਟਸ ਸੋ ਸਿਕਿਉਰਿਟੀ ਔਰ ਹੈਲਪ ਇਹ ਦੋ ਜ਼ਿੰਮੇਵਾਰੀਆਂ ਸਰਕਾਰ ਦੀਆਂ ਹੁੰਦੀਆਂ ਨੇ ਉਹ ਪ੍ਰੋਸੈਸ਼ਨ ਕੋਈ ਵੀ ਕੱਢ ਰਿਹਾ ਹੋਵੇ ਰੈਡੀ ਕੋਈ ਵੀ ਕਰ ਰਿਹਾ ਹੋਵੇ ਚਾਹੇ ਧਾਰਮਿਕ ਹੋਵੇ ਚਾਹੇ ਸਿਆਸੀ ਹੋਵੇ ਚਾਹੇ ਉਹ ਕੋਈ ਹੋਰ ਦੀ ਹੋਵੇ ਉਹਦੇ ਵਿੱਚ ਕੋਈ ਸਵਾਲ ਨਹੀਂ ਹੈ ਸੋ ਸਿਕਿਉਰਿਟੀ ਏਜੰਸੀਆਂ ਜਾਂ ਹੈਲਥ ਵਿਭਾਗ ਜਿਹੜੇ ਨੇ ਜਿਹੜੇ ਜ਼ਿੰਮੇਵਾਰ ਸਰਕਾਰ ਦੇ ਨੇ ਉਹ ਪਹਿਲਾਂ ਹੀ ਰੋਲਾ ਪਾ ਵੀ ਤੁਸੀਂ ਐ ਨਾ ਕਰ ਦਿਓ ਤੁਸੀਂ ਗੰਦਾ ਪਾਣੀ ਪੀ ਲੋ ਟੱਟੀਆਂ ਲੱਗ ਜਾਣਗੀਆਂ ਤਾਂ ਕਿ ਜੇ ਟੱਟੀਆਂ ਲੱਗ ਜਾਣ ਤਾਂ ਅਸੀਂ ਕਹਿ ਦੇਈਏ ਇਹਨਾਂ ਨੇ ਗੰਦਾ ਪਾਣੀ ਪੀਤਾ ਉਹਨਾਂ ਦੇ ਜ਼ਿੰਮੇ ਠੋਣਾ ਭੰਦੇ ਮੈਂ ਸ਼ਸ਼ਕਾਂਜੀ ਨਾਇਗਰੀ ਕਰਦਾ ਕਿ ਜਿਹੜੇ ਉਹ ਪ੍ਰੋਸੈਸ਼ਨ ਕਰ ਰਹੀ ਨੇ ਉਹਨਾਂ ਜ਼ਿੰਮੇ ਠੋਣਾ ਭੰਨਣ ਵਾਸਤੇ ਉਹਨਾਂ ਦੀ ਜ਼ਿੰਮੇਵਾਰੀ ਲਾਉਣ ਵਾਸਤੇ ਉਹਨਾਂ ਨੂੰ ਇਹ ਪਹਿਲਾਂ ਹੀ ਕਈ ਤਰ੍ਹਾਂ ਦੇ ਸ਼ਰਤਾਂ ਲਾ ਦਿੰਦੇ ਨੇ ਵੀ ਜਿਹੜੀ ਮਰਜ਼ੀ ਹੋਵੇ ਵਿੱਚੋਂ ਕੁਝ ਨੂੰ ਕੋਈ ਕੱਢ ਲੈਣ ਵਾ ਤੇ ਗੁਰ ਤੁਸੀਂ ਆ ਪੂਰੀ ਨਹੀਂ ਕਰੀ ਸੋ ਇਹਨੀਆਂ ਸ਼ਰਤਾਂ ਲਗਾਈਆਂ ਜਾਂਦੀਆਂ ਨੇ ਹੈਲਥ ਵਾਲੇ ਵੀ ਲਾਉਂਦੇ ਨੇ ਸਿਕਿਉਰਿਟੀ ਵਾਲੇ ਵੀ ਲਾਉਂਦੇ ਨੇ ਔਰ ਸਾਰੀਆਂ ਜੋ ਪ੍ਰੈਕਟੀਕਲੀ 10% ਤੋਂ ਵੱਧ ਪ੍ਰੈਕਟੀਕੇਬਲ ਹੁੰਦੀਆਂ ਨਹੀਂ 90% ਉਹ ਇੰਦਿੰਗ ਕਾਗਜ਼ੀ ਕਾਰਵਾਈ ਹੁੰਦੀ ਹੈ ਜਿਹੇ ਜੀ ਟੇਬਲ ਰਿਪੋਰਟ ਸ਼ਸ਼ੀਕਾਂਤ ਜੀ ਨੇ ਕਹੀ ਹੈ ਉਹ ਜੀ ਟੇਬਲ ਰਿਪੋਰਟ ਹੀ ਹੁੰਦੀ ਆ ਉਹ ਹੁਣ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਣਾ ਜੀ ਉਹ ਇਹ ਹੈ ਕਿ ਯੂਟ ਜਦੋਂ ਭੀੜ ਦੇ ਵਿੱਚ ਦੀ ਨੰਗੇਗੀ ਜਿਵੇਂ ਇਹਨਾਂ ਨੇ ਕਿਹਾ ਕਿ ਜੀ ਚਿੰਤਨ ਬੰਦੇ ਹੋਣ ਹਰੇਕ ਦਾ ਆਈਡੈਂਟੀਟੀ ਕਾਰਡ ਹੋਵੇ ਟਰੈਕਟਰ 'ਚ ਉਹਨਾਂ ਨੂੰ ਬਿਠਾਓ ਜਿਨ੍ਹਾਂ ਨੂੰ ਤੁਸੀਂ ਜਾਂ ਦੋ ਇਹਨੂੰ ਦੂਰ ਆ ਕੇ ਬੈਠ ਗਿਆ ਚਾਹੇ ਉਹ ਅੰਦੋਲਨ ਦਾ ਹਿੱਸਾ ਹੋਵੇ ਤੁਸੀਂ ਇਸ ਤਰੀਕੇ ਨਾਲ ਤਾਂ ਹੀ ਉਹਦੀ ਪਛਾਣ ਹੋਏਗੀ ਅੱਜ ਸਾਰਾ ਦਿਨ ਇਹੀ ਪ੍ਰਚਾਰ ਕਰਿਆ ਉਹਨਾਂ ਨੇ ਸੋ ਇਸ ਤੋਂ ਮੈਨੂੰ ਇਹ ਲੱਗਦਾ ਹੈ ਵੀ ਕਿਸਾਨ ਜੱਥੇਬੰਦੀਆਂ ਤਾਂ ਇਸ ਡਿਟਰਮਿੰਡ ਨੇ ਕਿਉਂਕਿ ਉਹਨਾਂ ਨੂੰ ਪੱਕਾ ਪਤਾ ਹੈ ਵੀ ਜੇ ਅਸੀਂ ਇਹਨੂੰ ਸ਼ਾਂਤਮਈ ਰੱਖਦੇ ਤਾਂ ਹੀ ਸਾਡੀ ਜਿੱਤ ਹੈ ਹੁਣ ਜਿਹੜੇ ਇਹਨੂੰ ਸ਼ਾਂਤਮਈ ਨਹੀਂ ਜਿਹੜੇ ਇਹਨੂੰ ਹਰਾਉਣਾ ਚਾਹੁੰਦੇ ਨੇ ਉਹ ਵੀ ਆਪਾਂ ਨੂੰ ਪਤਾ ਹੈ ਸਰਕਾਰ ਹੈ ਸਰਕਾਰ ਦੀ ਸਕਿਉਰਿਟੀ ਏਜੰਸੀਆਂ ਨੇ ਤੇ ਪੋਲਿਟਿਕਲ ਪਾਰਟੀ ਹੈ ਉਹ ਇਹਨੂੰ ਹਰਾਉਣਾ ਚਾਹੁੰਦੇ ਨੇ ਇਸ ਵਾਸਤੇ ਮੈਂ ਇਹ ਕਹਿਣਾ ਵੀ ਜਿਹੜੇ ਮਰਜ਼ੀ ਬਹਾਨੇ ਲਾਉਣ ਜਿਹਦੇ ਵਿੱਚ ਕੋਈ ਵਾਇਲੈਂਸ ਹੁੰਦੀ ਹੈ ਤਾਂ ਉਹ ਕਰਾਉਣਗੇ ਉਹਨਾਂ ਦੀ ਡਿਊਟੀ ਹੈ ਸਿਕਿਉਰਿਟੀ ਰੱਖਣਾ ਉਹ ਸਿਕਿਉਰਿਟੀ ਦੇ ਨਾਂ ਦੇ ਉੱਤੇ ਵੀ ਵਾਇਲੈਂਸ ਕਰਾ ਸਕਦੇ ਨੇ ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ ਕਿ ਕਾਰਡਨ ਬਣਾ ਕੇ ਰੱਖਣਾ ਟਰੈਕਟਰ ਲਾਈਨ ਦੇ ਵਿੱਚ ਜਾਣ ਤੇ ਜਿਹੜੇ ਤੁਸੀਂ ਟਰੈਕਟਰ ਕਹ ਸੀ 200 ਤੋਂ ਵੱਧ ਟਰੈਕਟਰ ਕਿਸੇ 1 ਕਿਲੋਮੀਟਰ 'ਚ ਆਈ ਨਹੀਂ ਸਕਦਾ 1 ਕਿਲੋਮੀਟਰ ਜੇ ਉਹਨਾਂ ਚੱਲਣਾ ਹੈ 150 ਤੋਂ 200 ਆਏਗਾ ਤੁਸੀਂ ਆਪੇ ਹਿਸਾਬ ਲਾ ਲਓ ਵੀ ਜੇ ਨੇ 50000 1 ਲੱਖ ਟਰੈਕਟਰ ਹੋਇਆ ਤਾਂ ਕਿੰਨੇ ਕਿਲੋਮੀਟਰ ਚਾਹੀਦਾ ਸੋ ਇਸ ਕਰਕੇ ਸਾਨੂੰ ਇਹ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਿਕਿਉਰਿਟੀ ਏਜੰਸੀਆਂ ਦਾ ਕੰਮ ਹੈ ਸਿਕਿਉਰਿਟੀ ਏਜੰਸੀਆਂ ਨੂੰ ਸੇਫ ਦੀ ਨਾ ਸੇ ਨੈਰੋ ਏਰੀਆ ਚ ਵੀ ਨੈਰੋ ਏਰੀਆ ਚ ਵੀ ਜਲੂਸ ਲੰਘਦੇ ਨੇ ਕੋਈ ਅਸੀਂ ਗੱਲ ਨਹੀਂ ਹੈ ਜੇ ਸਿਕਿਉਰਿਟੀ ਮੁਸਤੱਜੀ ਨਾਲ ਕੰਮ ਕਰਦੀ ਹੈ ਸਨਸਾਈਟੀ ਨਾਲ ਕੰਮ ਕਰਦੀ ਹੈ ਤਾਂ ਡੈਫੀਨਿਟਲੀ ਹੈ ਵੀ ਕੋਈ ਇਹ ਉਹ ਨਹੀਂ ਇਨਸੀਡੈਂਟ ਹੋਏਗਾ ਪਰ ਜੇ ਆਪ ਹੀ ਜਿਵੇਂ ਚੋਰ ਤੇ ਕੁੱਤੀ ਕਹਿੰਦੇ ਰਲ ਜੇ ਜੇ ਫਿਰ ਤਵੇ ਹੀ ਕੁਝ ਵੀ ਹੋ ਸਕਦਾ ਚਲੋ ਇਹ ਖੋੜਾੜਾ ਬ੍ਰੇਕ ਲੂੰਗਾ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਡਟਾ ਗਰ ਘਰਨ ਦੱਸਿਆ ਕਿਲੋਮੀਟਰ ਵਿੱਚ ਕਿੰਨੇ ਟਰੈਕਟਰ ਖੜੇ ਹੋ ਸਕਤੇ ਆ ਟਰੈਕਟਰ ਨੂੰ ਚੱਲਣ ਵਾਸਤੇ ਵੀ ਜਗ੍ਹਾ ਚਾਹੀਦੀ ਆ ਉਹਦੇ ਵਿੱਚ ਗੈਪ ਕਿੰਨਾ ਰੱਖਣਾ ਆ ਉਹਦੇ ਵਾਸਤੇ ਵੀ ਸਾਰਾ ਕੁਝ ਸੋਚਿਆ ਪਲਾਨ ਬਣਾਇਆ ਹੁੰਦਾ ਦਿੱਲੀ ਪੁਲਿਸ ਨੇ ਪਰ ਜਿਸ ਤਰੀਕੇ ਨਾਲ ਟਰੈਕਟਰਾਂ ਦੀ ਤਦਾਦ ਉੱਥੇ ਪਹੁੰਚੀ ਹੋਈ ਆ ਤੇ ਉਸ ਤੋਂ ਇਹ ਲੱਗਦਾ ਕਿ ਬਹੁਤ ਲੰਮਾ ਅਰਸਾ ਜਿਹੜਾ ਉਹ ਲੰਮੇ ਘੰਟੇ ਆ ਜਿਹੜੇ ਉਹ ਏ ਟਰੈਕਟਰ ਪਰੇਡ ਉੱਤੇ ਨਿਕਲ ਸਕਦੀ ਆ ਦੁਨੀਆ ਕੀ ਦੇਖੇਗੀ ਦਿੱਲੀ ਤੋਂ ਸਵਾਲ ਹੀ ਆ ਵਾਪਸ ਆ ਰਹੇ ਵਟਾ 16 ਸੀ ਪੁੱਛੇ ਰਾਜਪਤ ਤੇ ਜਵਾਨ ਤੇ ਟਰੈਕਟਰ ਦੇ ਕਿਸਾਨ ਦੇਸ਼ ਤੇ ਗਨરાજ ਤੱਕ ਕੀ ਹੈ پلان ਡਾਕਟਰ ਗਰਗ ਇੱਕ ਬੜਾ ਸਧਾਰਨ ਸ਼ਬਦ ਦਾ ਟਰੈਕਟਰ ਇਹ ਟਰੈਕਟਰ ਖੇਤਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਕਿਸਾਨ ਦੀ ਔਲਾਦ ਹੈ ਇਹ ਆਂਦਾਤਾ ਦੀ ਔਲਾਦ ਹੈ ਸਰ ਟਰੈਕਟਰ ਤੇ ਕਰੈਕਟਰ ਦਾ ਸਵਾਲ ਹੈ ਬੜਾ ਮਹੱਤਵਪੂਰਨ ਹੈ ਕਿਸਾਨ ਕਹਿੰਦੇ ਅਸੀਂ ਆਪ ਦਾ ਕਰੈਕਟਰ ਤੇ ਖੜੇ ਆਂ ਕਰਤਾਰ ਆ ਜਿਹੜਾ ਸਾਡਾ ਬੜਾ ਉੱਚਾ ਤੇ ਸਿਆਸਤ ਦੇ ਕਰੈਕਟਰ ਤੇ ਵਾਰ-ਵਾਰ ਸਵਾਲ ਉੱਠਦੇ ਆ ਸਰ ਟਰੈਕਟਰ ਤੇ ਕਰੈਕਟਰ ਦੇ ਵਿਚਾਲੇ ਦੁਨੀਆ ਕੀ ਦੇਖੂਗੀ ਸਰ ਦਿੱਲੀ ਤੋਂ ਕੱਲ ਨੂੰ ਤਾਂ ਦਿੱਲੀ ਚੋ ਜਿਹੜੀ ਦੁਨੀਆ ਤਾਂ ਦੇਖੇਗੀ ਦੁਨੀਆ ਤਾਂ ਜਿਹੜਾ ਭਾਰਤ ਦਾ ਅਸਲੀ ਗਨਤੰਤਰ ਹੈ ਉਹਨੂੰ ਦੇਖ ਰਹੀ ਹੋਵੇਗੀ ਦੁਨੀਆ ਨੇ ਉਹ ਦੂਜੇ ਪਾਸੇ ਵਾਲਾ ਜਿਹੜਾ ਰਾਜਪਥਰ ਵਾਲਾ ਜਿਹੜਾ ਰਾਜ ਨੇ ਗਨਤੰਤਰ ਨੂੰ ਉਹਦਾ ਕਬਜ਼ਾ ਕਰ ਰਿਆ ਉਹਨੂੰ ਸ਼ਾਇਦ ਦੁਨੀਆ ਇਸ ਤਰ੍ਹਾਂ ਨਹੀਂ ਦੇਖੇਗੀ ਉਹ ਕਾਗਜੀ ਦਫਤਰੀ ਰਿਪੋਰਟਾਂ ਵਾਸਤੇ ਹੋਵੇਗੀ ਜਿਹੜਾ ਅਸਲੀ ਦੁਨੀਆ ਨੇ ਦੇਖਣਾ ਕਿਉਂਕਿ ਇੱਕ ਤਾਂ ਇਹ ਨਮਾ ਹੈ ਇੱਕ ਇਹ ਸੱਚੀ ਮੁੱੱਚੀ ਦਾ ਗਨਤੰਤਰ ਹੈ ਇੱਕ ਇਹਦੇ ਵਿੱਚ ਆਮ ਜਿਹੜੇ ਗਨਤੰਤਰ ਦੇ ਵਿੱਚ ਵੀ ਗਾਂ ਪਹਿਲੀ ਫ੍ਰੀ ਤੋਂ ਲੋਗ ਆਏ ਹੋਏ ਨੇ ਜਿਹੜੇ ਰਿਲੇਟਿਵਲੀ ਹਾਸ਼ੀਏ ਤੱਕ ਦੇ ਲੋਕ ਨੇ ਤੇ ਪਰ ਉਹਨਾਂ ਦਾ ਹੌਸਲਾ ਵੀ ਲਿਖਣ ਵਾਲਾ ਹੈ ਕਿਉਂਕਿ ਉਧਰ ਦੇ ਪਾਸੇ ਤੱਕ ਬੰਦਾ ਰੁੱਧਾ ਕੰਮ ਹੋ ਰਿਹਾ ਹੋਵੇਗਾ ਦੂਪਾਸੇ ਪਾਸੇ ਗਨਤੰਤਰ ਵੱਧਿਆ ਜੁੜਿਆ ਹੋ ਰਿਹਾ ਹੋਵੇਗਾ ਬਾਗੇ ਦਾ ਵਰਦਿਆਂ ਜੇ ਉਹ ਬੜਾ ਉਸ ਨਾਲ ਹੋਏਗਾ ਦੂਜੇ ਪਾਸੇ ਜਿਹੜਾ ਗਨਤੰਤਰ ਹੋਏਗਾ ਉਹ ਬੜਾ ਖੁੱਲ੍ਹ ਦੇ ਲਈ ਨਾਲ ਹੋਏਗਾ ਵੋਲੰਟਰੀ ਤੌਰ ਤੇ ਹੋਏਗਾ ਮਨ ਮਰਜ਼ੀ ਨਾਲ ਹੋਏਗਾ ਆਪਣੇ ਪੈਸੇ ਲਾ ਕੇ ਹੋਏਗਾ ਆਪਣੇ ਟਰੈਕਟਰ ਲਾ ਕੇ ਹੋਏਗਾ ਇਸੇ ਕਰਕੇ ਮੈਨੂੰ ਯਕੀਨ ਹੈ ਵੀ ਜਿਹੜੇ ਕਿਸਾਨ ਨੇ ਉਹ ਡਿਸਪਲਿਨ ਚ ਵੀ ਰਹਿਣਗੇ ਕਿਉਂਕਿ ਨਾ ਦੁਨੀਆ ਨੂੰ ਦਿਖਾਉਣਾ ਹੈ ਉਸ ਗਣਤੰਤਰ ਤੇ ਇਸ ਗਣਤੰਤਰ ਤੇ ਉਹ ਗਣਤੰਤਰ ਨਹੀਂ ਹੈ ਉਹ ਰਾਜਤੰਤਰ ਹੈ ਉਹਨੇ ਗਣਤੰਤਰ ਨੂੰ ਰਾਜਤੰਤਰ ਬਣਾ ਲਿਆ ਰਾਜਪਥ ਤੇ ਕਬਜ਼ਾ ਕਰ ਲਿਆ ਜਨਪਤ ਤੇ ਕਬਜ਼ਾ ਕਰ ਲਿਆ ਅਸੀਂ ਫਿਰਨੀ ਤੇ ਤੁਰਨਾ ਚਾਹਿਆ ਸੀ ਫਿਰਨੀ ਤੇ ਵੀ ਸਾਨੂੰ ਕੋਈ ਬਹਾਨੇ ਲਾਤੇ ਇੱਕ ਜਤਵਿੰਦਾ ਕਹਿੰਦਾ ਵੀ ਫਿਰਨੀ ਤੇ ਜਾਵਾਂਗੇ ਕਿ ਅਸੀਂ ਬਾਹਰ ਨਹੀਂ ਫਿਰਨੀ ਤੇ ਜਾਣ ਤੋਂ ਵੀ ਸਾਨੂੰ ਰੋਕਣ ਲੱਗੇ ਹੋਏ ਨੇ ਪਰ ਇਹ ਗਣਤੰਤਰ ਤਾਂ ਫਿਰ ਵੀ ਗਾਨਾ ਸੀ ਅਸਲੀ ਅਸੀਂ ਹਾਂ ਸੋ ਕਦੋਂ ਉਹ ਗਣਤੰਤਰ ਦਿਖੇਗਾ ਸਰ ਕੈਰੈਕਟਰ ਕਿੰਦਾ ਸਰ ਸਟੈਬਿਸ਼ ਹੋਊਗਾ ਕਹਿੰਦੇ ਕੈਰੈਕਟਰ ਤੇ ਉਂਗਲ ਉਠ ਸਕਦੀ ਹੈ ਕਰੈਕਟਰ ਤਾਂ ਦੇਖੋ ਕਰੈਕਟਰ ਤਾਂ ਐਸਟੈਬਲਿਸ਼ ਕਿਸਾਨੀ ਲਈ ਹੋਣਾ ਗੰਦਾ ਹੋਣਾ ਕਰੈਕਟਰ ਗੰਦਾ ਹੋਣਾ ਰਾਜਦਾਨੀ ਹੋਣਾ ਰਾਜ ਦਾ ਕਰੈਕਟਰ ਇੱਕ ਤਾਂ ਪੈ ਨਹੀਂ ਠੂਮਲ ਹੋ ਚੁੱਕਿਆ ਮੈਨੂੰ ਜੋ ਮਰਜ਼ੀ ਕਹੀ ਜਾਣ ਆਪਣੇ ਉੱਤੇ ਮਲੰਮਾ ਜੋ ਮਰਜ਼ੀ ਚੜਹੀ ਜਾਣ ਰਾਜ ਦਾ ਕਰੈਕਟਰ ਠੂਮਲ ਹੋ ਚੁੱਕਿਆ ਉਹਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਅਸੀਂ ਕਈ ਵਾਰ ਬੁੱਧੀਜੀਵੀ ਕਹਿੰਦੇ ਆ, ਅਪੜੇ ਲਿਖੇ ਕਹਿੰਦੇ ਆ, ਹੋਰ ਕਹਿੰਦੇ ਆ ਉਹਨਾਂ ਨੇ ਸਿਰਕਮ ਤੱਲੇ ਨਹੀਂ ਉਹ ਕਹਿੰਦੇ ਚੱਲ ਯਾਰ ਹੁਣ ਆ ਦੇ ਰਹੇ ਨੇ ਇੰਨਕ ਲੈ ਲਓ ਆ ਲੈ ਰੁਕੋ ਕਿ ਉਹਨਾਂ ਨੂੰ ਪਤਾ ਪਤਾ ਨਹੀਂ ਹੁੰਦਾ ਐਜੀਟੇਸ਼ਨਾਂ ਦਾ ਉਹਨਾਂ ਨੂੰ ਅੰਦੋਲਨ ਦਾ ਉਹਨਾਂ ਨੂੰ ਡਿਫਿਕਲਟੀ ਦਾ ਉਹ ਬਹੁਤਾ ਪਤਾ ਨਹੀਂ ਹੁੰਦਾ ਠੀਕ ਹੈ ਆਪਣੇ ਹਿਸਾਬ ਜੀ ਨਾਲ ਲਿਖਦੇ ਰਹਿੰਦੇ ਨੇ ਉਹ ਜਿਨੇ ਕਹਿੰਦੇ ਜਿਸ ਤਨ ਲੱਗੇ ਸੋਤਨ ਜਾਣੇ ਅਬਰ ਕੇ ਜਾਣੇ ਪੀਰ ਪੜਾਈ ਕਿਸਾਨੀ ਨੂੰ ਜੋ ਇਹਦੇ ਨਾਲ 6:00 ਵਜੇ ਰਹੀ ਆ ਜੀ ਕੰਜ਼ਿਊਮਰ ਨੂੰ ਨਹੀਂ ਪਤਾ ਲੱਗਿਆ ਕਿਸਾਨ ਤੇ ਮਜ਼ਦੂਰ ਨੂੰ ਪਤਾ ਲੱਗਿਆ ਮਜ਼ਦੂਰ ਵੀ ਕਾ ਉਹ ਔਰਤਾਂ ਦਾ ਉੱਥੇ ਆਉਂਦਾ ਜੀ ਨੀਤਾ ਚਲੋ ਮਾਪੇ ਦੇ ਨਾਲ ਫਿਰ ਕਹੇ ਕਿ ਆ ਗਈ ਹੈ ਉਹਨੂੰ ਵੀ ਜੋਸ਼ ਬਹੁਤ ਚੜਿਆ ਹੈ ਔਰਤਾਂ ਸਪੈਸ਼ਲੀ ਇਸ ਕਰਕੇ ਜੀ ਨੇ ਔਰਤਾਂ ਨੂੰ ਸੱਚੀ-ਮੁੱਚੀ ਪਤਾ ਲੱਗਾ ਵੀ ਸਾਡੀ ਜ਼ਮੀਨ ਗਈ ਕਿ ਅਸੀਂ ਮਰ ਗਏ ਭੁੱਖੇ ਸੋ ਇਸ ਕਰਕੇ ਇਹ ਜਿਹੜਾ ਗਣਤੰਤਰ ਲੋਕਾਂ ਦਾ ਹੋਏਗਾ ਇਹ ਸੱਚ ਹੋਏਗਾ ਇੱਕ ਪਾਸੇ ਸੱਚ ਹੋਏਗਾ ਦੂਜੇ ਪਾਸੇ ਝੂਠ ਹੋਏਗਾ ਇੱਕ ਪਾਸੇ ਮਲਕ ਭਾਗਵਾਂ ਦੇ ਬੇਲੀ ਖੜੇ ਹੋਣਗੇ ਉਹ ਆਪਣੇ ਐਕ੍ਰੋਬੈਟਸ ਦਿਖਾ ਰਹੇ ਹੋਣਗੇ ਦੂਜੇ ਪਾਸੇ ਭਾਈ ਦਾਲਣਵਾ ਦੇ ਹੋਣਗੇ ਭਾਈ ਦਾਲਣਵਾ ਦੇ ਤਗਰੀ ਵੀ ਹੁੰਦੇ ਨੇ ਹਮ ਠੀਕ ਹੈ ਸ਼ਸ਼ੀ ਕਾਂ ਜੀ ਬਹੁਤ ਇਹਨਾਂ ਨੇ ਸੋਕੇ ਸ਼ਬਦਾਂ ਵਿੱਚ ਸਾਨੂੰ ਸਮਝਾਤਾ ਪਰ ਸਵਾਲ ਸਰ ਪੁਲਿਸ ਦੇ ਕਰੈਕਟਰ ਤੇ ਵੀ ਉੱਠਦੇ ਆ ਸ਼ਸ਼ੀ ਕਾਂ ਜੀ ਅਸੀਂ ਇਸ ਤੋਂ ਪਹਿਲਾਂ ਜਿਹੜੇ ਹਜਿਟੇਸ਼ਨ ਹੋਏ ਆ ਚਾਹੇ ਉਹ RAMDEW ਵਾਲਾ ਹਜਿਟੇਸ਼ਨ ਹੋਵੇ ਚਾਹੇ ਨਾ ਹਿਆਰੇ ਵਾਲਾ ਹੋਵੇ ਉਹ ਤੁਹਾਨੂੰ ਯਾਦ ਹੋਊਗਾ ਕਰਨਬੇਦੀ ਹਰੀ ਉਹਨਾਂ ਨਾਲ ਸੀ ਅੰਨਾ ਹਰ ਅੰਦੋਲਨ ਵੇਲੇ ਉਦੋਂ ਦਿੱਲੀ ਪੁਲਿਸ ਦੀ ਪਲਾਨਿੰਗ ਬਣੀ ਬਣਾਈ ਸਰ ਕਰਨਬੇਦੀ ਨੇ ਫੇਲ ਕਰ ਦਿੱਤੀ ਜਿਹੜਾ ਅੱਜਕਰ ਉਹਨਾਂ ਤੇ ਉਦੋਂ ਕੇਸ ਵੀ ਪੈ ਗਿਆ ਸੀਗਾ ਸ਼ਸ਼ੀ ਕਾਂ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਉਹਨਾਂ ਨੇ ਰਾਤ ਨੂੰ ਮਾਈਕ ਫੜ ਲਿਆ ਸੀਗਾ ਉਦੋਂ ਬੋਲਣ ਤੋਂ ਮਨਾਈ ਸੀ ਮਾਈਕ ਫੜਨ ਤੋਂ ਪਰ ਸਰ ਸ਼ਸ਼ੀ ਕਾਂ ਜੀ ਇੱਥੇ ਸਵਾਲ ਇਹ ਹੈ ਕਿ ਉਦੋਂ ਦਿੱਲੀ ਪੁਲਿਸ ਦਾ ਪਲਾਨ ਇੱਕ ਜਗ੍ਹਾ ਫੇਲ ਹੋਇਆ ਸੀ ਰਾਮਦੇਵਲੇ 4 ਜੂਨ ਦੀ ਰਾਤ ਨੂੰ ਉਹਨਾਂ ਦਾ ਪਲਾਨ ਸਫਲ ਹੋ ਗਿਆ ਸੀਗਾ ਸ਼ਸ਼ੀ ਕਾਂ ਜੀ ਹੁਣ ਇੱਥੇ ਪੁਲਿਸ ਦੇ ਵਿੱਚ ਕੀ ਇਹੋ ਜਿਹੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਤੁਸੀਂ ਕਿਸਾਨਾਂ ਦੇ ਪਲਾਨ ਮੁਤਾਬਕ ਨਹੀਂ ਚੱਲਣਾ ਆਪਦੇ ਪਲਾਨ ਮੁਤਾਬਕ ਚੱਲਣਾ ਸ਼ਸ਼ੀ ਗਾਂਜੀ ਮੈਨੂੰ ਥੋੜਾ ਜਿਹਾ ਉਹ ਸਮਝਾ ਦਿਓ ਸਰ ਪਲਾਨ ਕਿੰਦਾ ਕਿਸ ਤਰੀਕੇ ਨਾਲ ਹੁੰਦਾ ਸਰ ਦੇਖੋ ਪਹਿਲੀ ਗੱਲ ਤੇ ਮੈਂ ਕਿਹਾ ਕਿ ਤੁਸੀਂ ਪਲਾਨ ਦੀ ਗੱਲ ਕੀਤੀ ਮੈਂ ਦਿੱਲੀ ਪੁਲਿਸ ਦੀ ਗੱਲ ਕਰਨਾ ਹੈਗਾ ਦਿੱਲੀ ਪੁਲਿਸ ਆਮ ਤੌਰ ਤੇ ਸਟੇਟ ਦੇ ਵਿੱਚ ਪੁਲਿਸਿੰਗ ਜਿਹੜਾ ਹੈਗਾ ਸਟੇਟ ਸਬਜੈਕਟ ਹੈਗਾ ਪਰ ਜਿੱਥੇ ਤੱਕ ਦਿੱਲੀ ਦਾ ਸਵਾਲ ਆਇਆ ਹੈਗਾ ਦਿੱਲੀ ਪੁਲਿਸ ਜਿਹੜੀ ਹੈਗੀ ਹੈ ਦਿੱਲੀ ਦੀ ਸਰਕਾਰ ਹੈਗੀ ਹੈ ਉਹਦੇ ਅੰਡਰ ਨਹੀਂ ਹੈਗੀ ਇਹ ਦਿੱਲੀ ਪੁਲਿਸ ਦਾ ਡਾਇਰੈਕਟ ਕੰਟਰੋਲ ਹੁੰਦਾ ਹੈਗਾ ਮਿਨਿਸਟਰੀ ਆਫ ਹੋਮ ਅਫੇਅਰਸ ਗਵਰਨਮੈਂਟ ਆਫ ਇੰਡੀਆ ਜਿਹੜੀ ਹੈਗੀ ਹੈ ਉਥੇ ਕਿਹੜੇ ਅਫਸਰ ਪੋਸਟ ਕਰਨੇ ਹੈਗੇ ਉਹਨਾਂ ਦਾ ਜਿਹੜਾ ਇਫੈਕਟਿਵ ਕੰਟਰੋਲ ਹੈਗਾ ਆਮ ਤੌਰ ਤੇ ਉਹਨ ਦਾ ਹੈਗਾ ਪੁਲਿਸ ਉਥੇ ਜੋ ਵੀ ਕਾਰਵਾਈ ਕਰੇਗੀ ਨੇਚਰਲੀ ਇੱਕ ਤਰੀਕੇ ਦੇ ਨਾਲ ਮੈਨੀਫੈਸਟੇਸ਼ਨ ਹੋਏਗਾ ਕਿ ਗਵਰਨਮੈਂਟ ਆਫ ਇੰਡੀਆ ਦੀ ਹੋਮ ਮਿਨਿਸਟਰੀ ਦੀ ਕੀ ਡਾਇਰੈਕਸ਼ਨਸ ਹੈਗੀ ਹੈ ਨਾ ਉਹਦੇ ਮੁਤਾਬਿਕ ਉਹਨਾਂ ਨੂੰ ਚੱਲਣਾ ਪਏਗਾ ਅਰ ਦੂਜੀ ਗੱਲ ਮੈਂ ਤੇ ਹੋਰ ਵੀ ਇੱਕ ਕਹਾਂਗਾ ਕਿ ਜਿਹੜੀ ਐਜਿਸ਼ਨ ਦੀ ਗੱਲ ਕੀਤੀ ਜੇ ਤੁਸੀਂ ਗਰਲ ਸਾਹਿਬ ਨਾਲ ਗ एजिटेशन ਨੂੰ ਮੈਂ ਕਹਿਣਾ ਹੈਗਾ ਇਹ ਐਜੀਟੇਸ਼ਨ ਲੈਸ ਐਜੀਟੇਸ਼ਨ ਲੋਕਾਂ ਦੇ ਵਿੱਚ ਰੋਸ਼ ਹੈਗਾ ਪਰ ਉਹ ਵਾਲਾ ਐਜੀਟੇਸ਼ਨ ਨਹੀਂ ਹੈਗਾ ਜਿੱਦਾਂ ਕਿ ਵੋਲੈਂਸ ਵੱਧ ਜਾਏ ਅਜ ਨਸਮ ਹੋ ਗਿਆ ਹੈਗਾ ਅਜ ਤੱਕ ਉੱਥੇ ਇੱਕ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਹੈਗੀ ਇਹ ਬੇਸਿਕਲੀ ਇਟ ਇਜ਼ ਐਜੀਟੇਸ਼ਨ ਲੈਸ ਐਜੀਟੇਸ਼ਨ ਤੇ ਜਦੋਂ ਤੱਕ ਇੰਨੀ ਸਫਲਤਾ ਉਹਨਾਂ ਨੇ ਪ੍ਰਾਪਤ ਕੀਤੀ ਹੈਗੀ ਹੈ ਯੂਥ ਦੀ ਗੱਲ ਆਈ ਨੈਚੁਰਲੀ ਜਦੋਂ ਅਜੇ ਤੱਕ ਪੂਰਾ ਕੰਟਰੋਲ ਹੈਗਾ ਹੈ ਦੇਖ ਯੂਥ ਜਿਹੜਾ ਹੈਗਾ ਉਹਨੂੰ ਜ਼ਿਆਦਾ ਪਤਾ ਹੈਗਾ ਸਾਡੇ ਹਿਸਾਬ ਦੇ ਨਾਲ ਸਾਡੇ ਸਾਨੂੰ ਸ਼ਾਇਦ ਘੱਟ ਪਤਾ ਯੂਥ ਨੂੰ ਜ਼ਿਆਦਾ ਪਤਾ ਹੈਗਾ ਮੈਨੂੰ ਸਮਝਣਾ ਹੈਗਾ ਕਿਸਾਨਾਂ ਵੱਲੋਂ ਕੋਈ ਇਸ ਤਰੀ ਕੱਟਣਾ ਨਹੀਂ ਵਾਪਰਨੀ ਜਿਹਦੇ ਕਰਕੇ ਉਹਨਾਂ ਦਾ ਜਿਹੜਾ ਐਜੀਟੇਸ਼ਨ ਹੈਗਾ ਐਜੀਟੇਸ਼ਨ ਜਿਹਾ ਐਜੀਟੇਸ਼ਨ ਹੈਗਾ ਉਹਦੇ ਉੱਤੇ ਕੋਈ ਵੀ ਤੱਬਾ ਆਏ ਯੈਸ ਅਬ ਬਾਕੀ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਹੈਗੇ ਨੇ ਇੱਥੇ ਇੱਕ ਹੋਰ ਸਵਾਲ ਕਰਾਂਗਾ ਮੈਂ ਜਦੋਂ ਵੀ ਕੋਈ ਵੱਡੀ ਰੈਲੀ ਹੁੰਦੀ ਹੈਗੀ ਹੈ ਉਹਦੇ ਪਹਿਲੇ ਜਿਹੜੇ ਐਂਟੀਸੋਸ਼ਲ 엘ਿਮੈਂਟਸ ਹੁੰਦੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਸ਼ੱਕ ਹੁੰਦਾ ਹੈ ਗੜਬੜ ਕਰ ਸਕਦੇ ਹੈਗੇ ਨੇ ਲੰਬੀ ਤੇ ਦਰ ਦੇ ਵਿੱਚ ਫੜੇ ਜਾਂਦੇ ਹੈਗੇ ਨੇ ਦਿੱਲੀ ਦੇ ਵਿੱਚ ਕੋਈ ਘਾਟਾ ਨਹੀਂ ਹੈਗਾ ਇਸ ਤਰ੍ਹਾਂ ਦੇ ਐਂਟੀਸੋਸ਼ਲ 엘ਿਮੈਂਟਸ ਦੇ ਕਿੰਨੇ ਬੰਦੇ ਫੜੇ ਗਏ ਹੈਗੇ ਨੇ ਐਂਟੀਸੋਸ਼ਲ 엘ਿਮੈਂਟ ਜਿਨ੍ਹਾਂ ਤੇ ਸ਼ੱਕ ਹੋ ਸਕਦਾ ਹੈ ਜਾਂ ਤੇ ਉਹ ਜਿਹੜਾ ਪ੍ਰੋਸੈਸ਼ਨ ਨਿਕਲਣਾ ਹੈਗਾ ਟ੍ਰੈਕਟਰ ਰੈਲੀ ਹੈਗੀ ਉਹ ਤੇ ਗੜਬੜ ਕਰ ਸਕਦੇ ਹੈਗੇ ਇਹ ਫਿਗਰ ਮੇਰੇ ਕੋਲ ਤੇ ਹੈ ਨਹੀਂ ਤੁਹਾਡੇ ਕੋਲ ਹੈਗੀ ਹੈ ਤੇ ਮੈਂ ਚਾਹਵਾਂਗਾ ਸਾਰੇ ਦਰਸ਼ਕਾਂ ਨੂੰ ਸੱਚੋ ਇਹ ਸ਼ੋ ਕਰੇਗਾ ਕਿ ਦਿੱਲੀ ਪੁਲਿਸ ਕਿੰਨੀ ਮੁਸਤਿਆਦੀ ਦੇ ਨਾਲ ਇਸ ਗੱਲ ਦੇ ਉੱਤੇ ਖੜੀ ਹੈਗੀਏ ਕਿ ਇੱਥੇ ਟ੍ਰਬਲ ਨਹੀਂ ਹੁੰਦੇ ਨਹੀਂ ਹੈਗੇ ਜਿਹੜੇ ਇੱਥੇ ਸੋਸ਼ਲ ਐਲੀਮੈਂਟਸ ਹੈਗੇ ਫੜੇ ਗਏ ਹੈਗੇ ਕਿ ਨਹੀਂ ਫੜੇ ਗਏ ਹੈਗੇ ਨੇ ਜਾਂ ਜੋ ਘੁੰਮ ਰਹੇ ਹੈਗੇ ਨੇ ਸਸੀ ਗਾਂਜੀ ਤੁਸੀਂ ਦਿੱਲੀ ਪੁਲਿਸ ਦੇ ਇਸ ਐਕਸ਼ਨ ਤੇ ਸਵਾਲ ਚੁੱਕ ਰਹੇ ਹੋ ਕਿ ਉਹਨਾਂ ਨੇ ਕੋਈ ਇਹੋ ਜਿਹਾ ਐਂਟੀ ਸੋਸ਼ਲ ਐਲੀਮੈਂਟ ਉੱਥੋਂ ਨਹੀਂ ਫੜਿਆ ਸਵਾਲ ਚੁੱਕ ਰਹੇ ਹੋ ਤੁਸੀਂ ਬਿਲਕੁਲ ਮੈਂ ਸਵਾਲ ਚੁੱਕ ਰਿਹਾ ਇਹ ਤਾਂ ਕਾਮਨ ਐਕਸਰਸਾਈਜ਼ ਹੈਗੀ ਹੈ ਸਾਡੇ ਇੱਥੇ ਵੀ ਜਦੋਂ ਕੋਈ ਐਜੀਟੇਸ਼ਨ ਹੁੰਦਾ ਹੈਗਾ ਕੁਝ ਵੀ ਹੁੰਦਾ ਹੈਗਾ ਕੋਈ ਨਗਰ ਕੀਰਤਨ ਵੀ ਨਿਕਲਦਾ ਹੈਗਾ ਉਦੇ ਪਹਿਲੇ ਵੀ ਜਿਹੜੇ ਅੰਟੀ سوشਲ 엘ਿਮੈਂਟਸ ਹੁੰਦੇ ਹੈਗੇ ਨੇ ਉਹਨਾਂ ਨੂੰ ਫੜਿਆ ਜਾਂਦਾ ਉਹਨਾਂ ਦੀ ਪ੍ਰੀਵੈਂਟਿਵ ਕਸਟਡੀ ਲਈਤੀ ਜਾਂਦੀ ਹੈਗੀਏ ਦਿੱਲੀ ਦੇ ਵਿੱਚ ਕਿੰਨੇ ਬੰਦੇ ਪ੍ਰੀਵੈਂਟਿਵ ਕਸਟਡੀਜ਼ ਲਿੱਤੇ ਗਏ ਹੈਗੇ ਨੇ ਅੰਟੀ سوشਲ 엘ਿਮੈਂਟਸ ਸਰ ਕਾਮਨ ਐਕਸਰਸਾਈਜ਼ ਇਹ ਆ ਸਰ ਜਿੰਨੇ ਵੀ ਐਂਟੀ سوشਲ 엘ਿਮੈਂਟ ਫੜੇ ਆ ਸਰ ਉਹ ਕਿਸਾਨਾ ਨੇ ਫੜੇ ਆ ਸਰ ਯੈਸ ਪਰ ਮੈਂ ਤਾਂ ਦਿੱਲੀ ਪੁਲਿਸ ਦੀ ਗੱਲ ਕਰ ਰਿਹਾ ਹੈ ਨਾ ਹਾਂ ਉਹਨਾਂ ਦੇ ਕੋਲ ਆਪਣੀ ਦਿੱਲੀ ਪੁਲਿਸ ਦੇ ਕੋਲ ਆਪਣੀ ਇੰਟੈਲੀਜੈਂਸ ਹੈਗੀ ਹੋਣਾ ਦੇ ਕੋਲ ਆਈ ਵੀ ਹੈਗੀ ਉਹਨਾਂ ਨੇ ਉਹਨਾਂ ਨੇ ਕੀਤਾ ਸੀ ਨਾ ਸਰ ਸਸ਼ੀ ਕਾਂਜ ਜੀ ਸਸ਼ੀ ਕਾਂਜ ਸorts of organizations ਸਸ਼ੀ ਕਾਂਜ ਜੀ ਉਹਨਾਂ ਨੇ ਕੀਤਾ ਕਿੰਨੇ ਬੰਦੇ ਲਿਸਟ ਹੋਏ ਹੈਗੇ ਜਿਹੜੇ ਜਵਲ ਕ੍ਰੀਏਟ ਕਰ ਸਕਦੇ ਨੇ ਜਿਹੜੇ ਕਿ ਦਿੱਲੀ ਪੁਲਿਸ ਉਦੋਂ ਤੇ ਲਾ ਕਾਨੂੰਨੀ ਕਾਰਵਾਈ ਹੈਗੀ ਕਿੱਥੋਂ ਪਬਲਿਸ਼ ਹੋਏ ਕਿੰਨੇ ਪਬਲਿਸ਼ ਨਹੀਂ ਕਰਾਇ ਕਿੱਤੇ ਹੈਗਾ ਉਹਦੇ ਤਾਂ ਕੀ ਕਾਰਵਾਈ ਹੋਈ ਸੀ ਕਿੱਥੋਂ ਪਬਲਿਸ਼ ਹੋਏ ਸਨ ਕੀ ਇਨਵੈਸਟੀਗੇਸ਼ਨ ਹੋਇਆ ਕੀ ਜਨਤਾ ਦੇ ਮੂਹਰੇ ਆਇਆ ਕੀ ਅਖਬਾਰਾਂ ਚ ਆਇਆ ਕੁਛ ਨਹੀਂ ਇਹ ਕਿਤੇ ਸਰ ਦਿੱਲੀ ਵਾਲਿਆਂ ਤੋਂ ਨਹੀਂ ਡਰਾਇਆ ਜਾ ਰਿਹਾ ਐਸਆਈ ਟੇਸ਼ਨ ਤੋਂ ਕਿਦੇ ਕੋ ਲੋ ਕਰਾਇਆ ਜਾ ਰਹਾ ਹੈ ਕਿਦੇ ਕਿਦੇ ਸਾਰਾ ਨਹੀਂ ਦਿੱਲੀ ਵਾਲਿਆ ਸਰ ਦਿੱਲੀ ਦੇ ਮਾਗੀ ਦੌੜ ਹੈਗੀ ਹੈ ਪਰ ਇਹ ਐਕਚੁਅਲ ਫੈਕਟਸ ਹੈਗੇ ਨੇ ਓਨ ਦਿ ਗਰਾਉਂਡ ਜਿਹੜਾ ਕਿ ਮੈਂ ਐਕਪੁਲਿਸ ਅਫਸਰ ਦੀ ਹیثیت ਨਾਲ ਔਰ ਵੇਖਦਾ ਰਿਹਾ ਹੈ ਕਿ ਵੇਖ ਰਿਹਾ ਹੈਗਾ ਮੈਂ ਉਹਨਾਂ ਦੀ ਚਰਚਾ ਕਰ ਰਿਹਾ ਹਾਂ ਸਰ ਮੈਂ ਇਹ ਸਵਾਲ ਕਰ ਰਿਹਾ ਸੀ ਕਿ ਦਿੱਲੀ ਦੇ ਲੋਕਾਂ ਨੂੰ ਦਿੱਲੀ ਦੇ ਉੱਥੇ ਰਹਿਣ ਵਾਲੇ ਵਸਿੰਦਿਆਂ ਅਨੁਸਾਰ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਤਾਂ ਨਹੀਂ ਵੀ ਇਹ ਤਾਂ ਜੀ ਐਂਟੀ ਸੋਸ਼ਲ ਐਲੀਮੈਂਟ ਹੈ ਇਹਨਾਂ ਵਿੱਚ ਇਹਨਾਂ ਤੋਂ ਦੂਰ ਰਹੀਓ ਬਿਲਕੁਲ ਉਹ ਤੇ ਹੈਗਾ ਇਨੈਚੁਰਲ ਕਰੇ ਹੈਗਾ ਖਾਲਿਸਤਾਨੀ ਹੈਗਾ ਨੇ ਕਦੇ ਹੈਗਾ ਪਾਕਿਸਤਾਨੀ ਹੈਗਾ ਕਦੇ ਹੈਗਾ ਇਹ ਹੈਗਾ ਉਹ ਹੈਗਾ ਬੇਸਿਕਲੀ ਇੱਕ ਫੀਅਰ ਸਾਈਕੋਸਿਸ ਕ੍ਰੀਏਟ ਕੀਤਾ ਜਾਂਦਾ ਹੈਗਾ ਪਰ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਹੈਗਾ ਜਦੋਂ ਵੀ ਕੋਈ ਵੱਡਾ ਐਜੀਟੇਸ਼ਨ ਹੁੰਦਾ ਹੈ ਉਹਦੇ ਵਿੱਚ ਫੀਅਰ ਸਾਈਕੋਸਿਸ ਕ੍ਰੀਏਟ ਕੀਤਾ ਜਾਂਦਾ ਹੈ ਕਿ ਇੱਥੇ ਜੀ ਵਾਇਲੈਂਸ ਹੋ ਜਾਏਗਾ ਇੱਥੇ ਇਹ ਹੋ ਜਾਏਗਾ ਲੋਕੀ ਮਾਰੇ ਜਾਨ ਕੇ ਪਾਗੜ ਹੋ ਜਾਏਗੀ ਦੈਟ ਕਾਈਂਡ ਆਫ ਦੈਟਸ ਦੈਟਸ ਬੇਸਿਕਲੀ ਆ ਸਟੈਂਡਰਡ ਪੁਲਿਸ ਟੈਕਨੀਕ ਠੀਕ ਹੈ ਸਰ ਬਹੁਤ ਬਹੁਤ ਡਿਟੇਲ ਵਿੱਚ ਦੱਸਤਾ ਇੱਕ ਹੋਰ ਛੋਟਾ ਬ੍ਰੇਕ ਲਵਾਂਗੇ ਅਸੀਂ ਆਖਰੀ ਹਿੱਸੇ ਵਿੱਚ ਵਾਕੇ ਕਿਸਾਨਾਂ ਨੇ ਅਗਲਾ ਪਲਾਨ ਵੀ ਦੱਸ ਦਿੱਤਾ ਇਸ ਟਰੈਕਟਰ ਮਾਰਚ ਤੋਂ ਬਾਅਦ ਫਰਵਰੀ ਦੇ ਵਿੱਚ ਪਾਰਲੀਮੈਂਟ ਕੂਚ ਹੋਵੇਗਾ ਉਸ ਦੇ ਨਾਲ ਸਵਾਲ ਇਹ ਵੀ ਖੜਾ ਹੁੰਦਾ ਕਿ ਖੇਤੀ ਕਾਨੂੰਨਾਂ ਦਾ ਬਣੇਗਾ ਕੀ ਇਸ ਟਰੈਕਟਰ ਮਾਰਚ ਤੋਂ ਬਾਅਦ ਵਾਪਸ ਆ ਰਿਹਾ ਬਟਾ ਸਵਾਲ ਇੱਕ ਨੂੰ ਪੁੱਛਿਆ ਰਾਜਪਥ ਜਵਾਨ ਜਿਹੜਾ ਟਰੈਕਟਰ ਤੇ ਕਿਸਾਨ ਦੇਸ਼ ਤੇ ਗਨਰਾਜ ਦਾ ਕੀ ਹੈ ਪਲਾਨ ਡਾਟਾ ਗਰਗ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਿਆ ਜਿਹੜਾ ਸ਼ੁਰੂ ਤੋਂ ਇੱਕ ਮੁੱਦਾ ਰਿਹਾ ਕਿਸਾਨ ਜਥੇਬੰਦੀਆਂ ਦਾ ਸਰ ਉਸ ਤੇ ਕੋਈ ਅਸਰ ਪਊਗਾ ਟਰੈਕਟਰ ਮਾਰਚ ਤੋਂ ਬਾਅਦ ਆ ਮੈਂ ਹੁਣ ਇਸ ਗੱਲ ਤੇ ਮੈਂ ਛੋਟਜੀ ਪੈਣਾ ਸ਼ਸ਼ੀ ਕਾਂਜੀ ਨੇ ਜੋ ਕਿਹਾ ਮੈਂ ਇਹਨਾਂ ਨਾਲ ਸਹਿਮਤ ਹਾਂ ਕਿਉਂਕਿ ਅੱਜ ਤੱਕ ਜਿਹੜਾ ਤੁਸੀਂ ਪੁੱਛਿਆ ਹੈ ਅੱਜ ਤੱਕ ਤਾਂ ਉਹਨਾਂ ਨੂੰ ਬਦਨਾਮ ਕਰ ਨਹੀਂ ਸਕੇ ਜਿਹੜੀ ਢੇਰ ਉਹਨੂੰ ਬਦਨਾਮ ਕਰਨਾ ਚਾਹੁੰਦੀ ਆ ਉਹ ਰੜਾ ਵੀ ਪਾਰ ਗਈ ਆ ਉਹ ਅਜੇ ਉਹਦੀ ਅਨਸਟ ਐਫਰਟ ਹੋਏਗੀ ਬਦਨਾਮ ਕਰਨ ਦੀ ਉਹਦੇ ਚੋ ਚੇਤਨ ਰਹਿਣਾ ਜ਼ਰੂਰੀ ਆ ਉਹਦੀ ਇੱਕ ਮੈਂ ਨਿੱਜੀ ਉਦਾਹਰਨ ਦੇ ਦੇਣਾ ਜੋ ਸਾਡੇ ਨਾਲ ਵਾਪਰੀ ਐਜੀਟੇਸ਼ਨ ਚ ਪਟਿਆਲਾ ਮੈਡੀਕਲ ਕਾਲਜ ਕੀ ਐਜੀਟੇਸ਼ਨ ਸੀਗੀ ਤੇ ਕੁਝ ਸ਼ਰਾਰਤੀ ਅੰਸਰਾਂ ਨੇ ਉਹਦੇ ਵਿੱਚ ਜਾ ਕੇ ਇੱਕ ਹੋਟਲ ਤੋੜਤਾ ਮੈਡੀਕਲ ਕਾਲ ਦੇ ਬੱਚੇ ਸੀਗੇ ਉਹ ਚ ਕੋਈ ਸ਼ੱਕ ਨਹੀਂ ਸੀ ਸ਼ਰਾਰਤੀ ਤਾਂ ਕਿਤੇ ਵੀ ਉਹਨਾਂ ਦੇ ਵਿੱਚ ਹੀ ਹੁੰਦੇ ਨੇ ਤੇ ਉਹ ਫਿਰ ਸ਼ਾਮ ਨੂੰ ਰੈਡੀ ਸੀ ਤੇ ਮੈਨੂੰ ਕਹਿਣ ਲੱਗੇ ਕਿ ਸਰ ਤੁਸੀਂ ਉਹ ਐ ਕਹਿੰਦੇ ਕੁਝ ਵੀ ਕਹਨ ਮੈਂ ਦੇਖਾਂਗਾ ਜਦ ਮੈਂ ਬੋਲਣ ਲੱਗਿਆ ਬੰਦੇ ਮੈਨੂੰ ਕਿ ਸਾਡੀ ਗੱਲ ਪਹਿਨਾ ਰੱਖੋ ਜੀ ਉਹਨਾਂ ਨੂੰ ਪੁਲਿਸ ਵੱਲ ਕੇ ਲੱਗੀ ਸਾਡੀ ਆ ਕਰੋ ਮੈਂ ਕੋਈ ਨਹੀਂ ਤੁਹਾਡੀ ਵੀ ਕਰ ਮੈਂ ਪਹਿਲਾਂ ਹੀ ਸ਼ੁਰੂ ਇਹ ਕਰਿਆ ਵੀ ਜਿਹੜਾ ਤੋੜਪੰਨ ਕਰਦਾ ਸਾਡੀ ਐਜੀਟੇਸ਼ਨ ਦੇ ਵਿੱਚ ਉਹਦਾ ਮਤਲਬ ਇਹ ਹੈ ਵੀ ਸਾਡਾ ਦੁਸ਼ਮਣ ਹੈ ਉਹ ਸਾਨੂੰ ਖਰਾਬ ਕਰ ਰਿਹਾ ਹੈ ਉਹ ਸਰਕਾਰ ਦੇ ਜਾਂ ਅਧਿਕਾਰੀਆਂ ਦੇ ਕਹੇ ਤੋਂ ਸ਼ਰਾਰਤਬਾਜ਼ੀ ਕਰ ਰਿਹਾ ਹੈ ਤੇ ਹਾਂ ਆ ਬੱਚਿਆਂ ਨੇ ਕੁਝ ਹੋਟਲ ਤੋੜਿਆ ਹੈ ਉਹਨੂੰ ਪੁਲਿਸ ਨੇ ਫੜ ਨਹੀਂ ਸੀ ਹੋਟਲ ਵਾਲ ਨੂੰ ਚਲੋ ਕਹਾਂਗੇ ਵੀ ਤੂੰ ਅੱਧੇ ਪੈਸੇ ਦੇਣਾ ਹੈ ਜਵਾਨਤ ਵੀ ਕਰਵਾ ਦਾਂਗੇ ਉਹਨਾਂ ਦੀ ਪਰ ਇਹ ਗਲਤ ਗੱਲ ਹੈ ਉਹਦੀ ਨਾਲ ਦੀ ਗੱਲ ਦਾ ਕਰਿਓ ਕੋਈ ਬੰਦੇ ਸੋ ਜਦ ਤੁਸੀਂ ਕਹਿ ਰਹੋ ਵੀ ਜਿਹੜਾ ਐਂਟੀ-ਸੋਸ਼ਲ ਐਲੀਮੈਂਟ ਜਿਹੜਾ ਐਂਟੀ-ਸੋਸ਼ਲ ਗੱਲ ਕਰੇਗਾ ਉਹਨੂੰ ਅਸੀਂ ਐਨਮੀ ਦੀ ਤਰ੍ਹਾਂ ਸਮਝਾਂਗੇ ਉਹਨੂੰ ਅਸੀਂ ਇਹ ਫੜਕੇ ਨਾਲ ਦੀ ਨਾਲ ਦਵਾਂਗੇ ਉਹਦੇ ਚੰਦਰ ਸੋ ਉਹਦੇ ਵਿੱਚ ਫੇਰ ਜਿਹੜੀ ਹੈਗੀ ਐ ਚੌਕਸੀ ਜਿਹੜੀ ਆ ਕਿਸਾਨਾਂ ਨੇ ਕਰਤੀ ਕਿਸਾਨਾਂ ਨੇ ਉਗਰਾਹਾ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਰਾਜੀਆਲ ਸਾਹਿਬ ਨੇ ਉਹਨਾਂ ਦੇ ਜਿਹੜੇ ਵਲੰਟੀਅਰ ਫੋਰਸ ਨੇ ਵਲੰਟੀਅਰ ਨੇ ਉੱਥੇ ਅਨਾਉਂਸ ਕਰਿਆ ਬਾਰ-ਬਾਰ ਅਨਾਉਂਸ ਕਰਿਆ ਉਹਨੂੰ ਤਾਂ ਨਰੇਲਵਾ ਨੇ ਵੀ ਹਾਂ ਸੀ ਪੂਰੇ ਸ਼ਾਂਤਮਈ ਰੱਖਾਂਗੇ ਸੋ ਉਹਨਾਂ ਨੇ ਜਿੰਨੇ ਸਪੀਕਰ ਸੀਗੇ ਸਾਰਿਆਂ ਨੇ ਕਰਿਆ ਹੋਇਆ ਇਹ ਹੁਣ ਜਿਹੜਾ ਇਹਦਾ ਆਸਰ ਕੀ ਪੈ ਇਹਦਾ ਆਸਰ ਸਭ ਪੈ ਚੁੱਕਿਆ ਪਹਿਲੀ ਗੱਲਾਂ ਡਾਇਰੈਕਟਰ ਮਾਰਚ ਤੋਂ ਉਹ ਕਰਕੇ ਜਿੱਦੇ ਜਿਹੜੀ ਪਿਛਲੀ ਮੀਟਿੰਗ 'ਚ ਟੋਮਰ ਸਾਹਿਬ ਨੇ ਕਿਹਾ ਸੀ ਚੰਗਾ ਫਿਰ ਜਾਓ ਅਸੀਂ ਇਹ ਵੀ ਨਹੀਂ ਕਰਨਾ ਕੁਝ ਨਹੀਂ ਕਰਨਾ ਟੋਮਰ ਸਾਹਿਬ ਨੇ ਫੋਨ ਕਰਕੇ ਕਿਹਾ ਵੀ ਸਾਡੀ ਪ੍ਰੋਪੋਜ਼ਲ ਤੇ ਤੁਹਾਡੀ ਕੀ رائے ਹੈ ਹਾਂ ਇਹ ਇਹ ਇੰਪੈਕਟ ਪਰ ਜਿਆਦਾ ਇਹ ਕੱਲ ਨੂੰ ਜਿੱਦੀ 26 ਮਾਰਚ ਹੋਏਗਾ ਉਸ ਮਾਰਚ ਤੋਂ ਬਾਅਦ ਸਰਕਾਰ ਤੇ ਇਤ ਪ੍ਰਭਾਵ ਜਾਏਗਾ ਕਿ ਕੋਈ ਇੰਟਰਨੈਸ਼ਨਲ ਲੈਵਲ ਤੇ ਇਹਦਾ ਪ੍ਰਚਾਰ ਹੋਣਾ ਹੈ ਇਸੇ ਅੰਦੋਲਨ ਨੇ ਹੋਰ ਵੱਡਾ ਹੋਣਾ ਇਸ ਨੂੰ ਦੇਖ ਕੇ ਖਰੂਜਨ ਦੇ ਇੱਕ ਖਰੂਜਾ ਰੰਗ ਫੜਨ ਵਾਲੀ ਗੱਲ ਜੇ ਸਰਕਾਰ ਅਜੇ ਵੀ ਨਾ ਸਮਝੇਗੀ ਮੈਨੂੰ ਇਹ ਲੱਗਦਾ ਵੀ ਸਰਕਾਰ ਸਮਝ ਕੇ ਇਸ ਪਾਸੇ ਨੂੰ ਜਾਏਗੀ ਕਿ ਚਲੋ ਯਾਰ ਅਸੀਂ ਵਾਪਸ ਲੈ ਲਈ ਕਾਨੂੰਨ ਜੇ ਇਸ ਪਾਸੇ ਨਹੀਂ ਜਾਏਗੀ ਅੰਦੋਲਨ ਵੀ ਵੱਡਾ ਹੋਏਗਾ ਜਿਵੇਂ ਤੁਸੀਂ ਕਹੇ ਫਰਵਰੀ ਦੇ ਵਿੱਚ ਕਿਸਾਨਾਂ ਨੂੰ ਅਗਲਾ ਐਕਸ਼ਨ ਕਰਨਾ ਹੀ ਪੈਣਾ ਹੈ ਉਹ ਅਗਲੇ ਐਕਸ਼ਨ ਕਰਦੇ ਜਾਣਗੇ ਉਹਨਾਂ ਨੇ ਤਾਂ ਪੂਰਾ ਟੀਚਾ ਮਿਥਿਆ ਹੋਇਆ ਹੈ ਕਿ ਇਹ ਮੈਂ ਇੱਕ ਲਾਈਨ ਚ ਗੱਲ ਆਪਦੀ ਖਤਮ ਕਰਨ ਲੱਗਿਆ ਕਿ ਇਹ ਕਾਨੂੰਨ ਵਾਪਸ ਹੋਣੇ ਜਿਹੜਾ ਵੀ ਇਹ ਰਾਏ ਦਿੰਦਾ ਹੈ ਬਦਲਾਅ ਕਰਾ ਲਓ ਅਸਲ ਚ ਜਿਹੜਾ ਬੁੱਢਾ ਮੁੱਦਾ ਇਹ ਹੈ ਕਿ ਕੇਂਦਰ ਕੋਲੇ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਕਿਸਾਨ ਜਿੱਥੇ ਬੰਦੀਆਂ ਨੂੰ ਇਹ ਪਤਾ ਹੈ ਜੇ ਉਹ ਬੰਨੀ ਡਨੀ ਦੇ ਹੱਕ ਤੇ ਜਾ ਕੇ ਧੱਕੇ ਨਾਲ ਕਾਨੂੰਨ ਬਣਾ ਰਹੇ ਨੇ ਬਿਨਾ ਸੰਵਿਧਾਨਕ ਪਾਵਰ ਦੇ ਕਾਨੂੰਨ ਬਣਾ ਰਹੇ ਨੇ ਉਹ ਕਹਿੰਦੇ ਪਹਿਲਾਂ ਇਹ ਕਾਨੂੰਨ ਵਾਪਸ ਲਾਓ ਫਿਰ ਸਟੇਟਾ ਬਣਾਓ ਨਾ ਬਣਾਓ ਉੱਥੇ ਸੀ ਡਰਦਾਂਗੇ ਸੋ ਇਹ ਵੱਡਾ ਮੁੱਦਾ ਹੈ ਇਹਦੇ ਵਿੱਚ ਕੰਪਰੋਮਾਈਜ਼ ਕਰ ਲਓ ਇੱਧਰ ਕਰ ਲਓ ਇੰਨਾ ਕਰ ਲਓ ਆਦ ਵਿਚਾਲਾ ਕਰ ਲਓ ਇਹਦੇ ਵਿੱਚ ਬਦਲਾਅ ਕਰ ਲਓ ਖੋਖਾ ਰੱਖ ਲਓ ਨਾ ਰੱਖ ਲਓ ਇਹ ਕੁਐਸਚਨ ਨਹੀਂ ਹੈਗੀ ਇਹਦੇ ਵਿੱਚ ਕੁਐਸਚਨ ਹੀ ਨਹੀਂ ਕਿ ਜਿਹੜੀ ਪਾਵਰ ਹੀ ਨਹੀਂ ਮੇਰੀ ਪਾਰਲੀਮੈਂਟ ਨੂੰ ਉਹ ਉਹਨਾਂ ਨੇ ਕਰਤਾ ਉਹ ਗਲਤ ਕਰੇ ਸਰ ਇਹ ਜਿਹੜੇ ਵੱਡੇ ਵੱਡੇ ਸਰ ਰਾਈਟਰ ਸਰ ਕਿਸਾਨ ਸੱਚ ਦੀ ਲੜਾਈ ਲੜਦੇ ਸਰ ਉਹ ਡੇਵਟ ਰਾਈਟਰ ਆ ਜਿਹੜੇ ਆਰਟੀਕਲ ਲਿਖਦੇ ਆ ਸਰ ਜਿਨ੍ਹਾਂ ਨੂੰ ਅਸੀਂ ਵਿਦਵਾਨ ਕਹਿੰਨੇ ਆ ਬੁੱਧੀਜੀਵੀ ਕਹਿੰਨੇ ਆ ਸਰ ਸਰ ਉਹ ਆਪਦੇ ਆਰਟੀਕਲਸ ਦੇ ਵਿੱਚ ਆ ਦੀਆਂ ਲਿਖਤਾਂ ਵਿੱਚ ਇਹ ਜਿਨ੍ਹਾਂ ਲਿਖਦੇ ਪਏ ਡਟ ਕਰਕੇ ਉਹਨਾਂ ਨੂੰ ਪਤਾ ਨਹੀਂ ਜਾਂ ਜਾਣਬੋਝ ਕੇ ਇਦਾਂ ਦੇ ਬਣ ਗਏ ਉਹ ਨਹੀਂ 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 ਉਹਨਾਂ ਨੂੰ ਦੋ ਗੱਲਾਂ ਨੇ ਉਹ ਸਮਝਦੇ ਨੇ ਇਹ ਵੀ ਜਿੰਨਾ ਕੁ ਦੇ ਦੋ ਜਦ ਉਹਨਾਂ ਨੇ ਕਦੇ ਜਿਹੜੇ ਬੰਦੇ ਨੂੰ ਇਨੀ ਤਨਖਾਹ ਮਿਲਦੀ ਹੋਵੇ ਸਭ ਕੁਝ ਮਿਲਦਾ ਹੋਵੇ ਸਰਕਾਰ ਦੇ ਨਾਲ ਵੀ ਰਹਿਣਾ ਹੈ ਦੂਜੇ ਨਾਲ ਵੀ ਰਹਿਣਾ ਹੈ ਹੈ ਜੇ ਕਹਿੰਦੇ ਚੋੜਾਂ ਨੂੰ ਕੋਹ ਲੱਗੋ ਤੇ ਸਾਧਾਂ ਨੂੰ ਕੋਹ ਜਾਗੋ ਉਹਦੇ ਵਿੱਚ ਉਹਨਾਂ ਦਾ ਉਹਨਾਂ ਦਾ ਡਿਟਰਮ ਮੇਰਾ ਡਿਟਰਮੀਨੇਸ਼ਨ ਤਾਂ ਹੈ ਕਿ ਮੈਂ ਸਰਕਾਰ ਦੀ ਨੌਕਰੀ ਨੂੰ ਹਰ ਵਾਰੀ ਲੱਤ ਮਾਰੀ ਹੈ ਮੈਨੂੰ ਲੱਗਦਾ ਸ਼ਸ਼ੀ ਕਾਂਜਾ ਵੀ ਡਿਟਰਮੀਨੇਸ਼ਨ ਇਸੇ ਕਰਕੇ ਹੈ ਵੀ ਜਿੱਥੇ ਮਰਜ਼ੀ ਲਾ ਦਿਓ ਜਿਨ੍ਹਾਂ ਦੇ ਡੀਜੀਪੀ ਨੂੰ ਕੋਈ ਬਹੁਤੀ ਹੋਣੀ ਨਹੀਂ ਹੁੰਦੀ ਇਹ ਕਹਿੰਦੇ ਕੋਈ ਨਹੀਂ ਡੀਜੀਪੀ ਜਨਨਾਂ ਦਾ ਨਾਂ ਲਾਉ ਮੈਨੂੰ ਲਾ ਦਿਓ ਜੇ ਲੱਭੀ ਜਿਹੜਾ ਬੰਦਾ ਸਰਕਾਰ ਦੀ ਨੌਕਰੀ ਤੇ ਲੱਤ ਮਾਰ ਕੇ ਰੱਖੇ ਅਹੁਦੇ ਤੇ ਲੱਤ ਮਾਰ ਕੇ ਰੱਖੇ ਕਿਸੇ ਪੋਸਟ ਦੀ ਮੰਗਣਾ ਕਰੇ ਉਹ ਜ਼ਿਆਦਾ ਬੋਲ ਸਕਦਾ ਦੂਜੇ ਫਿਰ ਉਹ ਸੇਫਟੀ ਦੇ ਨਾਲ ਹੀ ਪਲੇ ਕਰਦੇ ਨੇ ਫਿਰ ਕਿਸੇ ਜ਼ਮਾਨੇ ਦੇ ਵਿੱਚ ਹਾਂ ਇਹੋ ਜਿਹੇ ਬੰਦੇ ਜਿਹੜੇ ਅੱਜ ਕਿਸਾਨ ਅੰਦੋਲਨ ਸ਼ਾਮਿਲ ਨੇ ਉਹਨਾਂ ਨੇ ਆਰਟੀਕਲ ਇਹਨਾਂ ਦੇ ਹੱਕ ਚ ਲਿਖੇ ਸੀ ਇਹ ਜਿਹੇ ਬੰਦੇ ਜਿਹੜੇ ਅੱਜ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਹੇ ਨੇ ਇਕਨੋਮਿਸਟ ਉਹਨਾਂ ਨੇ ਵੀ ਇਹਲੇ ਹੱਕ ਚ ਲਿਖੇ ਸੀ ਇਹ ਜਿਹੇ ਬੰਦੇ ਜਿਹੜੇ ਅੱਜ ਆਰਟੀਕਲ ਲਿਖ ਰਹੇ ਨੇ ਵੀ ਨਹੀਂ ਨਹੀਂ ਆ ਫਲਾਣਾ ਹੈ ਉਹ ਵੀ ਇਹੋ ਜਿਹਾ ਬਹੁਤ ਫਰਕ ਪੈਂਦਾ ਠੀਕ ਹੈ ਸਰ ਕੁਝ ਤਾਂ ਮੂਵਮੈਂਟ ਬਣਾਉਂਦੀ ਆ ਕੁਝ ਜਦ ਸਾਰੀ ਉਮਰ ਚ ਬੰਦੇ ਨੇ ਜੋ ਕੁਝ ਕਰਿਆ ਹੋਵੇ ਇਹਨੇ ਵਾਧਣੀਆਂ ਸਾਜੜੀਆਂ ਨਿਬੰਨ ਸਿਰਾਂ ਦੇ ਨਾਲ ਹੈ ਤੇ ਵਾਰਸ਼ਾ ਨਾ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਉਹ ਜਿਹੜੇ ਆਦਤਾਂ ਪਈਆਂ ਹੋਈਆਂ ਨੇ ਵੀ ਇੰਨਾ ਕਰ ਲੋ ਡਾਇ ਦੇ ਕਰ ਲੋ ਦੇਖ ਲੋ ਉਹ ਆਦਤਾਂ ਚੋਂ ਲਿਖਿਆ ਜਾਂਦਾ ਇਕੱਲੀ ਬੁੱਧੀ ਦੇ ਨਾਲ ਨਹੀਂ ਲਿਖਿਆ ਜਾਂਦਾ ਠੀਕ ਅਸ਼ੀਕਾਂ ਜੀ ਸਰ ਇੱਕ 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 ਸਵਾਲ ਹੋਰ ਆ ਸਰ ਹੈ ਤਾਂ ਬੜਾ ਸੋਖਾ ਸਵਾਲ ਹੈ ਅਸ਼ੀਕਾਂ ਜੀ ਜੇ ਸਰ ਇਹ ਟਰੈਕਟਰ ਮਾਰਚ ਸਫਲ ਹੋ ਗਿਆ ਸਰ ਸ਼ਾਂਤੀਪੂਰਵਕ ਰਿਆ ਤਾਂ ਇਹਦੇ ਚ ਵਾਹ ਵਾਈ ਸਰ ਦਿੱਲੀ ਪੁਲਿਸ ਦੀ ਹੋਊਗੀ ਜਾਂ ਕਿਸਾਨ ਜਿੱਥੇ ਬੰਦੇ ਦੇ ਹੋ ਇਹ ਇਸ ਇਹ ਜਿਹੜੀ ਵਾਵਾਹੀ ਹੋਏਗੀ ਕਿਸਾਨਾਂ ਦੀ ਹੋਏਗੀ ਕਿਉਂਕਿ ਸਰਕਾਰ ਵੱਲੋਂ ਜਿਹੜਾ ਹੋ ਰਿਹਾ ਹੈ ਪੁਲਿਸ ਵੱਲੋਂ ਜਿਹੜੇ ਹੋ ਰਿਹਾ ਹੈਗਾ ਉਹਨਾਂ ਦੀ ਦੇ ਆਪਣੇ ਜਿਹੜਾ ਉਹਨਾਂ ਦਾ ਕਾਨੂੰਨੀ ਫਰਜ਼ ਹੈਗਾ ਹੈ ਕਨਸਟੀਟਿਊਸ਼ਨਲ ਫਰਜ਼ ਹੈਗਾ ਉਹ ਤੇ ਉਹ ਨਿਭਾ ਰਹੇ ਹੈਗੇ ਨੇ ਕਿਸਾਨ ਜਿਹੜੇ ਹੈਗੇ ਨੇ ਉਹ ਆਪਣੀ ਹੱਦ ਤੋਂ ਬਾਹਰ ਜਾ ਕੇ ਉਹਨੂੰ ਪੀਸਫੁਲ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਔਰ ਨਾਲੇ ਇੱਕ ਹੋਰ ਗੱਲ ਕਹਿਣਾ ਚਾਹਨਾ ਹੈਗਾ ਇਸ ਅਬਾਊਟ ਟਾਈਮ ਜਿਸਾਂ ਤੁਸੀਂ ਕੀਤੀ ਹੈਗੀ ਗਵਰਨਮੈਂਟ ਆਫ ਇੰਡੀਆ ਨੂੰ ਸੀਰੀਅਸਲੀ ਇਸ ਗੱਲ ਨੂੰ ਵੇਖਣਾ ਚਾਹੀਦਾ ਹੈਗਾ ਜਿਸਾਂ ਫੈਬਰੂਰੀ ਤੁਸੀਂ ਕਹਿ ਰਹੇ ਹੋ ਕਿ ਪਾਰਲੀਮੈਂਟ ਹਾਊਸ ਮਾਰਚ ਕਰਨਾ ਕਿਤੇ ਇਹ ਨਾ ਹੋਏ ਕਿ ਇਹੀ ਗੱਲ ਜਿਹੜੀ ਚਾਈਨਾ ਵਗੈਰਾ ਦੇ ਬਜੇ ਲੌਂਗ ਮਾਰਚ ਹੋਈ ਥੀ ਕਿਤੇ ਰਬ ਨਾ ਕਰੇ ਉਹ ਸ਼ਕਲ ਲੈ ਲੇ ਉਹ ਦੇ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਨੂੰ ਬੜਾ ਐਮਬੈਲੈਸਮੈਂਟ ਹੋਏਗਾ ਇਸ ਅਬਾਊਟ ਟਾਈਮ ਕਿ ਇਹਦੇ ਜਿਹੜੇ ਸੂ ਜਵਾਨ ਵਿਅਕਤੀ ਹੈਗੇ ਨੇ ਸਰਕਾਰ ਦੇ ਵਿਚਕਾਰ ਹੈ ਸਰਕਾਰ ਤੋਂ ਬਾਹਰ ਉਹ ਸਾਰੇ ਇਕੱਠੇ ਹੋ ਕਰਕੇ ਇਹ ਕਾਨੂੰਨ ਜਿਹੜੇ ਹੈਗੇ ਨੇ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਸ਼ਸ਼ੀ ਗਾਂਧੀ ਇੱਕ ਇੱਕ ਸਥਿਤੀ ਇਹੋ ਜਿਹੀ ਬਣ ਸਕਦੀ ਹੈ ਕਿ ਟਰੈਕਟਰਾਂ ਦਾ ਬਹੁਤ ਵੱਡਾ ਜਾਮ ਲੱਗ ਜਾਵੇ ਸਰਦੀ ਦਾ ਮੌਸਮ ਹੈ ਖਾਣ ਪੀਣ ਦਾ ਵੀ ਵਿਵਸਥਾ ਕਹਿੰਦੇ ਅਸੀਂ ਸਾਰੀ ਕਰਤੀ ਹੈ ਸਿਹਤ ਬੰਦੋਬਸਤ ਜਿਹੜੇ ਕਹਿੰਦੇ ਸਰਕਾਰ ਦੀ ਜ਼ਿੰਮੇਵਾਰੀ ਡਾਟ ਗਰਗ ਵੀ ਕਹਿ ਰਹੇ ਹੈ ਸਰ ਉਹ ਸਥਿਤੀ ਦੇ ਵਿਚਾਲੇ ਦਿੱਲੀ ਦੇ ਵਿੱਚ ਕਿਹੋ ਜਿਹਾ ਸਰ ਮਾਹੌਲ ਹੋਊਗਾ ਜਿਹੜੇ ਜਿਹੜੇ ਸੜਕ ਤੋਂ ਜਿਹੜੀ ਜਿਹੜੀ ਰੋਡ ਤੋਂ ਇਹ ਮਾਰਚ ਲੰਘਣਾ ਸਰ ਇਹ ਤਾਂ ਹੈ ਨਹੀਂ ਸਰ ਇਹ 2-4 ਘੰਟਿਆਂ ਦੀ ਗੱਲ ਹੈਗੀ ਸਰ ਇਹ ਬਹੁਤ ਵੱਡਾ ਮਾਰਚ ਹੈ ਸਚੀ ਕਾਂਜੀ ਸਾਨੂੰ ਇਹ ਮੰਨ ਕੇ ਚੱਲਣਾ ਪਊਗਾ ਇੰਟਰਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਅਨੁਸਾਰ ਕਵਰ ਕਰਨਾ ਆ ਰਿਹਾ ਹੈ ਜਿਹੜਾ ਨਿਕਲ ਰਿਹਾ ਹੈਗਾ ਜਾਮ ਤੇ ਹੋਣਾ ਹੀ ਹੈਗਾ ਜੇ ਤੁਸੀਂ ਸਮਝਦੇ ਹੋ ਕਿ ਇੰਨਾ ਵੱਡਾ ਪ੍ਰੋਸੀਸ਼ਨ ਨਿਕਲ ਰਿਹਾ ਹੈਗਾ ਕਿ ਜਾਮ ਨਹੀਂ ਹੋਏਗਾ ਇਹ ਤੇ ਅਸੀਂ ਦਨਵਿਆ ਲਿਵਿੰਗ ਇਨ ਫੂਲਸ ਪੈਰਾਡਾਈਸ ਪਰ ਬੇਸਿਕ ਗੱਲ ਹੈਗੀ ਇਹ ਕਿ ਜਿਹੜਾ ਚਾਹ ਮਾਰਚ ਹੈ ਜਾਮ ਹੋਏ ਚਾਹ ਨਾ ਹੋਏ ਬਸ ਸ पूरी निबड़ जानी चाहती है चलो दिल्ली पुलिस वालों एडवाइजरी भी जारी जा चुकी है श्रीकानी बहुत धनबाद बहुत अच्छे इनपुट दिए सू डाटा भी बहुत धनबाद इनपुट्स दिते दर्शकों ने ਇਹ ਦੋ ਮਹਿਮਾਨਾਂ ਨੇ ਅ ਟਰੈਕਟਰਾਂ ਵਾਲੀ ਸਪੈਸ਼ਲ 26 ਬਾਰੇ ਬਹੁਤ ਕੁਝ ਦੱਸਤਾ ਸਾਨੂੰ ਦਿੱਲੀ ਤੋਂ ਕੀ ਦੇਖੇਗੀ ਦੁਨੀਆ ਦਿੱਲੀ ਤੋਂ ਦੁਨੀਆ ਇਹ ਦੇਖੇਗੀ ਕਿ ਆਂ ਦਾਤਾ ਕਿਸ ਤਰੀਕੇ ਨਾਲ ਵਿਚਰਦਾ ਆਂ ਦਾਤਾ ਦਾ ਟਰੈਕਟਰ ਤੇ ਕੈਰੇਕਟਰ ਦੋਨੋਂ ਚੀਜ਼ਾਂ ਦਾ ਪ੍ਰਦਰਸ਼ਨ ਹੋਵੇਗਾ ਤੇ ਗਨਰਾਜ ਲਈ ਬੜਾ ਮਾਤਬ ਹੋਣਾ ਜੋ ਟਰੈਕਟਰ ਦੇ ਨਾਲ ਕੈਰੇਕਟਰ ਦਾ ਵੀ ਪ੍ਰਦਰਸ਼ਨ ਕੀਤਾ ਜਾਂਦਾ ਪਰ ਉਸ ਸਭ ਦੇ ਨਾਲ ਜਿਹੜਾ ਗਨਰਾਜ ਵਾਲਾ ਸਵਾਲ ਡਟਕਰ ਘਰਾਂ ਨੇ ਚੁੱਕਿਆ ਗਨ ਤੇ ਰਾਜ ਗਨ ਤੇ ਰਾਜ ਦੇ ਵਿਚਾਲੇ ਇਹ ਮਾਰਚ ਆ ਜਿਹੜਾ ਇਹ ਪਰੇਡ ਹੈ ਇਹ ਰੋਸ ਮਾਰਚ ਆ ਕੀ ਕੁਝ ਲੈ ਕੇ ਆਵੇਗਾ ਤੇ ਦਿੱਲੀ ਤੋਂ ਦੁਨੀਆ ਕੀ ਦੇਖੇਗੀ ਸਾਡੀ ਉਸ ਤੇ ਨਜ਼ਰ ਰਹੇਗੀ ਬਹੁਤ ਧੰਨਵਾਦ